ਕੋ ਮਤਾ ਸ੍ਰੀ ਆਨੰਦਪੁਰ ਸਾਹਿਬ ਦੀ ਸੱਚਾਈ ਪੇਸ਼ ਕਰ ਸਕਦਾ ਹੈ ਤੇ ਉਹਨੇ ਸਰਦਾਰ ਅਤਿੰਦਰਪਾਲ ਸਿੰਘ ਖਾਲਸਾ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਮ ਅਸੀਂ ਦਿੱਤਾ ਹੈ। ਇਹ ਨਾਮ ਅਸਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ, ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ ਹੈ ਉਹਦੇ ਵਿੱਚ ਨਾਮ ਲਿਖਿਆ ਨਹੀਂ। ਹੁਣ ਵੀ ਪਿਛਲਾ ਮੋਰਚਾ ਜਿਹੜਾ ਖਤਮ ਕੀਤਾ ਉਹਦੇ ਵਿੱਚ ਵੀ ਤਾਂ ਕਹਿੰਦੇ ਨਾ ਸਾਡੀ ਫਤਿਹਾਬੀ ਦੱਸ ਰਹੇ ਨੇ, ਫਤਿਹਾਬੀ ਹੀ ਦੱਸ ਰਹੇ ਨੇ। ਮੋਰਚਿਆਂ ਦੀ ਜੇ ਪ੍ਰਾਪਤੀਆਂ ਦੇਖੋ ਤੇ ਪ੍ਰਾਪਤੀ ਕੀ ਹੋਈ ਪਿਛਲੇ ਮੋਰਚੇ ਚੋਂ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮੱਖੂ ਤਹਿ ਦਿਲ ਤੋਂ ਸਵਾਗਤ ਕਰਦਾ ਹਾਂ। ਦਰਸ਼ਕੋ, ਤੁਹਾਡੇ ਪਸੰਦੀਦਾ ਪ੍ਰੋਗਰਾਮ ਵਿੱਚ ਜਿਵੇਂ ਤੁਹਾਨੂੰ ਪਤਾ ਵੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਮਤਾ ਸ੍ਰੀ ਆਨੰਦਪੁਰ ਸਾਹਿਬ, ਜਿਹਨੂੰ ਆਨੰਦਪੁਰ ਦਾ ਮਤਾ ਕਹਿ ਕੇ ਆਮ ਸਿੱਖ ਚੇਤੇ ਕਰ ਲੈਂਦੇ ਨੇ। ਪਰ ਬੜੀ ਗਜ਼ਬ ਦੀ ਗੱਲ ਹੈ ਵੀ ਜਿਉਂ ਜਿਉਂ ਅਸੀਂ ਮਤਾ ਸ੍ਰੀ ਆਨੰਦਪੁਰ ਸਾਹਿਬ ਦੀ ਗੱਲ ਕਰਦੇ ਜਾ ਰਹੇ ਹਾਂ, ਬਕਾਇਦਾ ਚੈਨਲਸ ਦੇ ਉੱਪਰ ਕਾਲਸ ਆ ਰਹੀਆਂ ਨੇ, ਸਾਨੂੰ ਫੋਨ ਸੁਣਨੇ ਪੈ ਰਹੇ ਨੇ ਅਤੇ ਵਾਰ ਵਾਰ ਦਰਸ਼ਕ ਇਹ ਗੱਲ ਪੁੱਛਦੇ ਪਏ ਨੇ ਕਿ ਸਾਨੂੰ ਇਹ ਗੱਲਾਂ ਪਹਿਲਾਂ ਕਿਉਂ ਨਹੀਂ ਦੱਸੀਆਂ ਗਈਆਂ। ਦਰਸ਼ਕੋ, ਕਈ ਵਾਰੀ ਐਸਾ ਹੋ ਜਾਂਦਾ ਵੀ ਕੋਈ ਐਸੀ ਸ਼ਖਸੀਅਤ ਸਾਨੂੰ ਮਿਲ ਜਾਂਦੀ ਹੈ ਜਿਹਨੂੰ ਫੋਲਣ 'ਤੇ ਪਤਾ ਲੱਗਦਾ ਵੀ ਇੱਕ ਐਪੀਸੋਡ ਇਹਨਾਂ ਦੇ ਅੰਦਰੋਂ ਨਹੀਂ, ਇਹਨਾਂ ਦੇ ਅੰਦਰੋਂ ਅਸੀਂ ਘੱਟੋ ਘੱਟ 100 ਐਪੀਸੋਡ ਲੈ ਸਕਦੇ ਹਾਂ ਕਿਉਂਕਿ ਖਜ਼ਾਨਾ ਅੰਦਰ ਬੜਾ ਜ਼ਿਆਦਾ ਹੁੰਦਾ। ਅਤੇ ਕਈ ਸਾਡੇ ਕੋਲ ਇਸ ਕਿਸਮ ਦੇ ਹੁੰਦੇ ਨੇ ਜਿਹਨਾਂ ਕੋਲ ਖਜ਼ਾਨਾ ਹੁੰਦਾ ਪਰ ਉਹਨਾਂ ਦਾ ਦੇਣ ਨੂੰ ਚਿੱਤ ਨਹੀਂ ਕਰਦਾ, ਅਤੇ ਕੁਝ ਐਸੇ ਹੁੰਦੇ ਨੇ ਜਿਹੜੇ ਕਹਿੰਦੇ ਜੀ ਬਚਪਨ ਤੋਂ ਇੱਕ ਚੀਜ਼ ਸਿੱਖੀ ਹੋਈ ਹੈ ਵੀ ਗਿਆਨ ਜਿੰਨਾ ਵੰਡੋਗੇ ਗਿਆਨ ਦਾ ਖਜ਼ਾਨਾ ਉਨਾ ਹੀ ਵੱਧਦਾ ਹੈ, ਬਾਕੀ ਖਜ਼ਾਨੇ ਵੰਡਣ ਦੇ ਨਾਲ ਖਾਲੀ ਹੁੰਦੇ ਨੇ ਪਰ ਗਿਆਨ ਦਾ ਖਜ਼ਾਨਾ ਵੰਡਣ ਦੇ ਨਾਲ ਕਹਿੰਦੇ ਇਹ ਉਨਾ ਹੀ ਜ਼ਿਆਦਾ ਵੱਧਦਾ ਜਾਂਦਾ। ਧੰਨਵਾਦੀਆਂ ਐਸੇ ਪੁਰਸ਼ਾਂ ਦੇ ਜਿਨ੍ਹਾਂ ਦੇ ਵਿੱਚੋਂ ਉੱਭਰ ਕੇ ਨਾਮ ਆਉਂਦਾ ਸਰਦਾਰ ਅਤਿੰਦਰਪਾਲ ਸਿੰਘ ਖਾਲਸਤਾਨੀ, ਐਕਸ MP ਦਾ, ਜਿਨ੍ਹਾਂ ਨੇ ਮਤਾ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਆਪਣੇ ਸਾਈਨ ਕੀਤੇ ਸਨ ਜਦੋਂ ਭਾਰਤ ਸਰਕਾਰ ਦੇ ਕੋਲ ਗਿਆ ਮਤਾ। ਉਸ ਤੋਂ ਬਾਅਦ ਮਤਾ ਆਨੰਦਪੁਰ ਦੇ ਉੱਪਰ ਬੜੀਆਂ ਲੰਬੀਆਂ ਲੰਬੀਆਂ ਸਪੀਚਸ ਕੀਤੀਆਂ, ਫਿਰ ਇਹਨਾਂ ਨੇ ਲੇਖ ਲਿਖੇ, ਫਿਰ ਇਹਨਾਂ ਨੇ ਕਿਤਾਬ ਲਿਖੀ। ਇਹਨਾਂ ਦਾ ਸਾਰਾ ਕੰਮ ਦੇਖਣ ਤੋਂ ਬਾਅਦ ਦਿਲ ਕੀਤਾ ਵੀ ਜੇ ਕੋਈ ਮਤਾ ਸ੍ਰੀ ਆਨੰਦਪੁਰ ਸਾਹਿਬ ਦੀ ਸੱਚਾਈ ਪੇਸ਼ ਕਰ ਸਕਦਾ ਹੈ ਤਾਂ ਉਹਨੇ ਸਰਦਾਰ ਅਤਿੰਦਰਪਾਲ ਸਿੰਘ ਖਾਲਸਾ ਨੇ। ਇਹਨਾਂ ਨੇ ਆਪਣੇ ਪਿਛਲੇ ਐਪੀਸੋਡ ਦੇ ਵਿੱਚ ਗੱਲ ਕੀਤੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਮ ਅਸੀਂ ਦਿੱਤਾ ਹੈ। ਇਹ ਨਾਮ ਅਸਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ, ਅਤੇ ਸੰਗਤਾਂ ਨੇ ਸਬੂਤ ਮੰਗੇ ਸਨ ਅਤੇ ਅੱਜ ਅਸੀਂ ਕੋਸ਼ਿਸ਼ ਕੀਤੀ ਹੈ ਵੀ ਅੱਜ ਅਸੀਂ ਆਪਣਾ ਐਪੀਸੋਡ ਜਦੋਂ ਆਰੰਭ ਕਰਨਾ ਨਾ ਤਾਂ ਪਹਿਲਾਂ ਤੁਹਾਨੂੰ ਸਬੂਤ ਦੇਣੇ ਨੇ ਅਤੇ ਸਬੂਤ ਦੇਣ ਤੋਂ ਬਾਅਦ ਆਪਣੀ ਗੱਲ ਅੱਗੇ ਅਸੀਂ ਆਰੰਭ ਕਰਾਂਗੇ। ਆਓ ਸਭ ਤੋਂ ਪਹਿਲਾਂ ਸਰਦਾਰ ਅਤਿੰਦਰਪਾਲ ਸਿੰਘ ਖਾਲਸਤਾਨੀ ਜੀ ਦਾ ਅਸੀਂ ਸਵਾਗਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਵਾਰ ਆਪਾਂ ਗੱਲ ਕੀਤੀ ਸੀ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਮ ਨਹੀਂ ਹੈ, ਗੁਰਦੁਆਰਾ ਪ੍ਰਬੰਧਕ ਬੋਰਡ ਹੈ ਜਾਂ ਸਿੱਖ ਗੁਰਦੁਆਰਾ ਬੋਰਡ ਹੈ ਜੀ। ਜਦੋਂ ਤੁਸੀਂ ਗੱਲ ਕੀਤੀ ਸੀ ਤੇ ਉਹਦੇ ਵਿੱਚ ਤੁਸੀਂ ਜ਼ਿਕਰ ਕੀਤਾ ਵੀ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ ਹੈ ਉਹਦੇ ਵਿੱਚ ਨਾਮ ਲਿਖਿਆ ਨਹੀਂ ਜੀ, ਜਥੇਦਾਰਾਂ ਦਾ ਕੋਈ ਵਜ਼ੂਦ ਹੀ ਹੈ ਨਹੀਂ। ਬਿਲਕੁਲ ਜੀ। ਤੇ ਕੁਝ ਸੱਜਣਾਂ ਨੇ ਇਸ ਗੱਲ ਨੂੰ ਸਲਾਹਿਆ ਸੀ ਤੇ ਕੁਝ ਸੱਜਣਾਂ ਵੱਲੋਂ ਸਵਾਲ ਉੱਠਿਆ ਸੀ ਵੀ ਨਹੀਂ ਨਹੀਂ ਐਸਾ ਨਹੀਂ ਹੋ ਸਕਦਾ, ਇਸ ਕਰਕੇ ਅਸੀਂ ਚਾਹਾਂਗੇ ਵੀ ਜੇ ਅੱਜ ਆਪਾਂ ਐਪੀਸੋਡ ਸ਼ੁਰੂ ਕਰਨ ਤੋਂ ਪਹਿਲਾਂ ਉਹਦੇ ਸਬੂਤ ਦੇ ਦਈਏ ਤੇ ਆਨੰਦ ਥੋੜਾ ਜ਼ਿਆਦਾ ਬਣੇਗਾ ਜੀ। ਆ ਵੀਰ ਜੀ, ਮੈਂ ਲੈ ਕੇ ਤੁਹਾਡੇ ਕੋਲ ਬੈਠਾਂ ਕਿਉਂਕਿ ਤੁਸੀਂ ਮੈਨੂੰ ਟੈਲੀਫੋਨ 'ਤੇ ਪਹਿਲਾਂ ਹੀ ਕਹਿ ਤਾ ਜੀ ਕਿ ਸੰਗਤਾਂ ਸਬੂਤ ਮੰਗਦੀਆਂ ਨੇ ਜੀ ਜੀ, ਅਤੇ ਮੈਨੂੰ ਬੜਾ ਅੱਛਾ ਲੱਗਦਾ। ਮੈਂ ਸੰਗਤਾਂ ਨੂੰ ਬੇਨਤੀ ਕਰਦਾ ਅਤੇ ਹੁਣ ਸਾਰਿਆਂ ਹੀ ਲੀਡਰਾਂ ਤੋਂ ਸਬੂਤ ਮੰਗਣੇ ਸ਼ੁਰੂ ਕਰ। ਉਸ ਤੋਂ ਬਿਨਾਂ ਇਹ ਗੱਲ ਇੱਥੇ ਮੈਂ ਰੋਕਦਾ ਵਾਂ, ਜਦੋਂ ਸੰਗਤ ਤੁਹਾਡੇ ਕੋਲੋਂ ਸਬੂਤ ਮੰਗਦੀ ਹੈ ਤੁਸੀਂ ਨਾਲ ਹੀ ਇਹ ਚੀਜ਼ ਕਹਿ ਦਿੰਦੇ ਹੁੰਦੇ ਵੀ ਬਾਕੀਆਂ ਕੋਲੋਂ ਵੀ ਸਬੂਤ ਮੰਗੋ। ਬਿਲਕੁਲ। ਇਹਦਾ ਕਾਰਨ ਕੀ ਹੈ? ਇਸ ਦਾ ਕਾਰਨ ਹੈ ਕਿ ਉਸ ਤੋਂ ਬਿਨਾਂ ਸੱਚ ਪ੍ਰਗਟ ਨਹੀਂ ਜੀ ਹੋਣਾ। ਅੱਛਾ। ਅਤੇ ਉਹਨਾਂ ਦਾ ਝੂਠ ਜ਼ਾਹਰ ਨਹੀਂ ਹੋਣਾ ਜਿਨ੍ਹਾਂ ਨੇ 70 ਸਾਲਾਂ ਤੱਕ ਕੌਮ ਦੀ ਸਿਰ ਛਿੱਤਰ ਪਰੇਡ ਕਰਾਈ ਹੈ, ਹਰ ਮੋਰਚੇ 'ਚ ਹਾਰ ਕਰਾਈ ਹੈ ਅਤੇ ਕੌਮ ਵਿੱਚ ਮੀਡੀਏ ਨੂੰ ਖਰੀਦ ਕੇ ਅਤੇ ਟੁੱਟੇ ਭੱਜੇ ਵਿਦਵਾਨਾਂ ਨੂੰ ਖਰੀਦ ਕੇ ਪ੍ਰਚਾਰ ਕੀਤਾ, ਦੇਖੋ ਜੀ ਸਾਡੀ ਫਤਿਹਯਾਬੀ ਹੋ ਗਈ। ਹੁਣ ਵੀ ਪਿਛਲਾ ਮੋਰਚਾ ਜਿਹੜਾ ਖਤਮ ਕੀਤਾ ਉਹਦੇ 'ਚ ਵੀ ਤਾਂ ਕਹਿੰਦੇ ਨਾ ਸਾਡੀ ਫਤਿਹਯਾਬੀ ਦੱਸ ਰਹੇ ਨੇ, ਫਤਿਹਯਾਬੀ ਹੀ ਦੱਸ ਰਹੇ ਨੇ। ਅਤੇ ਉਸ ਮੋਰਚੇ 'ਚੋਂ ਮੈਂ ਸਾਰੀਆਂ ਮੋਰਚਿਆਂ ਦਾ ਜੇ ਕਦੇ ਇੱਕ ਐਪੀਸੋਡ ਬਣਾ ਲਾਂਗੇ, ਮੋਰਚਿਆਂ ਦੀ ਜੇ ਪ੍ਰਾਪਤੀਆਂ ਦੇਖੋ ਤਾਂ ਪ੍ਰਾਪਤੀ ਕੀ ਹੋਈ ਪਿਛਲੇ ਮੋਰਚੇ 'ਚੋਂ ਵੀ, ਹੁਣ ਪ੍ਰਾਪਤੀ ਤਾਂ ਫਿਰ ਆ ਨਵਾਂ ਸ਼ਹਿਰ ਵਾਲਾ ਫੈਸਲਾ ਆ ਗਿਆ ਨਾ ਜੀ, ਆ ਵੀ ਤਾਂ ਪ੍ਰਾਪਤੀ ਹੈ। ਅਤੇ ਉਸ ਮੋਰਚੇ 'ਚੋਂ ਪੰਥ ਵਾਸਤੇ ਕੀ ਨਿਕਲਿਆ? ਖਹਿਰਾ ਸਾਹਿਬ ਦੀ ਪੋਲੀਟੀਕਲ ਪਾਰਟੀ ਉਸ ਮੋਰਚੇ 'ਚੋਂ ਹੀ ਨਿਕਲੀ ਨਾ ਜੀ, ਜੰਮੀ ਤਾਂ ਉਸੇ ਮੋਰਚੇ ਨੇ ਜਨਮ ਦਿੱਤਾ ਇਹਨੂੰ, ਨਹੀਂ ਤਾਂ ਸ਼ਕਤੀ ਨਹੀਂ ਸੀ ਬਣਨਾ ਉਹਨੇ ਵੀ ਜੀ। ਅਤੇ ਅਸੀਂ ਇਹੋ ਜਿਹੀਆਂ ਚੀਜ਼ਾਂ ਨੂੰ ਜਾਂ ਆਪਣੀਆਂ ਪ੍ਰਾਪਤੀਆਂ ਮੰਨ ਕੇ ਅਤੇ ਫਿਰ ਕਹਿੰਦੇ ਹਾਂ ਜੀ ਪੰਥ ਨਾਲ ਧੋਖਾ ਹੋ ਗਿਆ, ਧੋਖੇ ਤਾਂ ਆਪ ਕਰਦੇ ਪਏ ਹਾਂ। ਅਤੇ ਮੈਂ ਉਸ ਗੱਲ ਤਾਂ ਕਹਿੰਦਾ ਕਿ ਹਰ ਲੀਡਰ ਤੋਂ ਸਬੂਤ ਮੰਗੋ ਜੀ, ਮੰਗਣੇ ਚਾਹੀਦੇ ਨੇ। ਮੈਂ ਤਾਂ ਇਹ ਕਹਿੰਦਾ ਕਿ ਚਲੋ ਸ੍ਰੀ ਅਕਾਲ ਤਖਤ ਸਾਹਿਬ ਨਹੀਂ ਇਸ ਪਾਸੇ ਧਿਆਨ ਦੇ ਰਿਹਾ, ਪੰਥ ਇਸ ਪਾਸੇ ਧਿਆਨ ਦੇ,
ਗੁਰਦੁਆਰਿਆਂ ਦੇ ਵਿੱਚ ਇੱਕ ਕਲਾਜ ਬਣਾ ਲੈਣੀ ਚਾਹੀਦੀ ਹੈ ਇੰਟਰਨੈਸ਼ਨਲ ਲੈਵਲ 'ਤੇ। ਬਾਹਰਲੇ ਸਿੱਖ ਤਾਂ ਬਹੁਤ ਹੀ ਸੂਝਵਾਨ ਨੇ, ਉਹਨਾਂ ਨੂੰ ਇੱਕ ਕਲਾਜ ਬਣਾ ਲੈਣੀ ਚਾਹੀਦੀ ਹੈ ਕਿ ਜਿਹੜਾ ਗੁਰਦੁਆਰੇ ਦੀ ਸਟੇਜ ਨੂੰ ਇਸਤੇਮਾਲ ਕਰ ਰਿਹਾ ਜਿਹੜਾ ਵੀ ਬੁਲਾਰਾ ਬੋਲੇਗਾ, ਉਹ ਜਿਸ ਨਮਿਤ ਵੀ ਚਾਹੇ ਕੀਰਤਨੀ ਹੈ, ਚਾਹੇ ਢਾਡੀ ਹੈ, ਚਾਹੇ ਵਾਰ ਗਾਉਂਦਾ, ਚਾਹੇ ਕਥਾ ਕਰਦਾ, ਚਾਹੇ ਵਿਆਖਿਆ ਕਰਦਾ, ਚਾਹੇ ਭਾਸ਼ਣ ਦਿੰਦਾ, ਚਾਹੇ ਇਤਿਹਾਸ ਸੁਣਾਉਂਦਾ, ਉਹ ਜਿਹੜੀ ਚੀਜ਼ ਵੀ ਸੁਣਾਏਗਾ ਉਸ ਚੀਜ਼ ਦੇ ਆਪਣੇ ਹੱਥੀ 'ਚ ਪਰੂਫ ਲੈ ਕੇ ਆਏਗਾ। ਓਕੇ, ਵਿਦਾਊਟ ਐਵੀਡੈਂਸ ਗੱਲ ਨਾ ਕਰੇ, ਨਾ ਕਰੇ, ਸੰਗਤ ਗੁੰਮਰਾਹ ਹੋ ਜਾਏਗੀ, ਸੰਗਤ ਗੁੰਮਰਾਹ ਹੋ ਜਾਏਗੀ। ਔਰ ਅਸੀਂ ਕਰਦੇ ਪਏ ਹਾਂ ਸੰਗਤ ਨੂੰ ਗੁੰਮਰਾਹ, ਇਹ ਇੱਕ ਰੂਲ ਹੀ ਬਣਾ ਦੇਣਾ ਚਾਹੀਦਾ ਜੀ। ਫਿਰ ਦੇਖੀਏ ਨਾ ਆਪਾਂ ਕਿ ਸੰਗਤ 'ਚ ਕਿਵੇਂ ਸੁਧਾਰ ਆਉਂਦਾ। ਹਾਂ, ਪੱਖੀ ਗੁਣਵੱਤਾ ਜੇ ਅਸੀਂ ਲੈਣੀ ਹੈ ਤਾਂ ਹੀ ਮਿਲੇਗੀ। ਤਾਂ ਮੈਂ ਚਲੋ ਪਿਛਲੀ ਗੱਲ ਤੁਹਾਨੂੰ ਕੀਤੀ ਸੀ ਜੀ, ਦਾਸ ਆਪ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ ਪਾਰਟੀਸ਼ਨ ਤੋਂ ਬਾਅਦ ਔਰ ਭਾਰਤ ਦਾ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਦੁਬਾਰਾ ਜਿਹੜਾ ਗੌਰਮੈਂਟ ਆਫ ਇੰਡੀਆ ਨੇ ਛਾਪਿਆ ਅਤੇ ਜਿਹੜੀ ਇਲੈਕਸ਼ਨ ਕਰਾਈ ਜਿਸ ਐਕਟ ਦੇ ਤਹਿਤ, ਉਹ 1959 ਈਸਵੀ, ਉਸ ਦਾ ਨਾਂ ਜੇ ਦਾ ਸਿੱਖ ਗੁਰਦੁਆਰਾ ਬੋਰਡ। ਹਾਂ, ਦਾ ਸਿੱਖ ਗੁਰਦੁਆਰਾ ਬੋਰਡ ਐਜ ਏ ਕਲੀਅਰ ਕੱਟ, ਠੀਕ ਆ ਜੀ। ਇਸ ਵਿੱਚ ਕੋਈ ਕਿਤੇ ਨਹੀਂ ਲਿਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰੀਆਂ ਇਲੈਕਸ਼ਨਾਂ ਇਸੇ ਤਹਿਤ ਹੀ ਹੁੰਦੀਆਂ। ਜੇ ਇੱਕ ਗੁਰਦੁਆਰਾ ਜਿਹੜਾ ਬੋਰਡ ਹੈ ਇਹ ਸਾਡਾ, ਪਰ ਗੌਰਮੈਂਟ ਆਫ ਇੰਡੀਆ ਕਿਉਂ ਲਿਖਿਆ ਹੋਇਆ ਹੈ? ਸਰਕਾਰ ਦੇ ਹੱਥ ਕੀ ਹੈ? ਸਾਰਾ ਬੋਰਡ ਹੀ ਸਰਕਾਰ ਦੇ ਹੱਥ ਹੈ ਜੀ। ਜੇ ਸਰਕਾਰ ਵਧੀਆ, ਹੋਰ ਬਰੀਕੀਆਂ ਮੈਂ ਤੁਹਾਨੂੰ ਤਿੰਨ ਦੱਸ ਦਿੰਦਾ ਤੁਹਾਡੇ ਇਸ ਸਵਾਲ 'ਤੇ। ਪਹਿਲੀ ਬਰੀਕੀ ਹੈ ਜੇ ਕਿ ਜਦੋਂ ਸਰਕਾਰ ਚਾਹੇ ਇਹਦੀ ਇਲੈਕਸ਼ਨ ਕਰਾਏ, ਇਹ ਕੋਈ 5 ਸਾਲਾ ਸਿਸਟਮ ਪ੍ਰਬੰਧ ਬੱਝਿਆ ਨਹੀਂ ਹੈ, 4 ਸਾਲਾ ਬੱਝਿਆ ਨਹੀਂ ਹੈ, 3 ਸਾਲਾ ਟਾਈਮ ਪੀਰੀਅਡ ਨਹੀਂ ਹੈ। ਸਰਕਾਰ ਕੋਲ ਜਿਸ ਵੇਲੇ ਜਿਹੜਾ ਆਗੂ ਜਾ ਕੇ ਉਹਦੀ ਝੋਲੀ 'ਚ ਬਹਿ ਜਾਂਦਾ ਅਤੇ ਉਹਨੂੰ ਕਹਿੰਦਾ ਜੀ ਜੋ ਤੁਸੀਂ ਚਾਹੋਗੇ ਅਸੀਂ ਉਹ ਕਰਾ ਦਾਂਗੇ ਸਿੱਖਾਂ ਕੋਲੋਂ, ਉਦੋਂ ਸਰਕਾਰ ਗੁਰਦੁਆਰਾ ਬੋਰਡ ਦੀ ਇਲੈਕਸ਼ਨ ਕਰਾ ਦਿੰਦੀ ਹੈ। ਅਤੇ ਇਲੈਕਸ਼ਨ ਕਰਾਉਣ ਵਾਸਤੇ ਟੈਂਪਰੇਰੀ ਉਦੋਂ ਹੀ ਗੁਰਦੁਆਰਾ ਬੋਰਡ ਇਲੈਕਸ਼ਨ ਕਮਿਸ਼ਨਰ ਬਣਾ ਦਿੰਦੀ ਹੈ। ਉਹਦਾ ਵੀ ਐਕਟ ਮੇਰੇ ਕੋਲ ਪਿਆ ਜੇ, ਠੀਕ ਹੈ, ਉਹ ਵੀ ਸੈਪਰੇਟ ਬਣਾਉਂਦੀ ਹੈ, ਪਰਮਾਨੈਂਟ ਨਹੀਂ ਜੀ ਹੈਗਾ ਸਿੱਖਾਂ ਕੋਲ, ਠੀਕ ਹੈ ਜੀ। ਉਹ ਬਣਾ ਕੇ ਫਿਰ ਜਿਹੜੀ ਧੀਰੋ ਦੇ ਝੋਲੀ 'ਚ ਆ ਕੇ ਬੈਠੀ ਹੁੰਦੀ ਹੈ ਉਹਨੂੰ ਜਿਤਾ ਦਿੰਦੀ ਹੈ। ਸਿੱਖ ਤਾਂ ਐਵੇਂ ਕਹੀ ਜਾਂਦੇ ਨੇ ਜੀ ਅਸੀਂ ਇਲੈਕਸ਼ਨਾਂ ਕਰਕੇ ਅਸੀਂ ਜਿੱਤੇ ਹਾਂ, ਕੋਈ ਨਹੀਂ ਜਿੱਤਦਾ, ਹਮੇਸ਼ਾ ਹੀ ਸਰਕਾਰ ਜਿੱਤੀ ਹੈ। ਦੂਸਰੀ ਚੀਜ਼, ਇਸ ਜਦੋਂ ਬੋਰਡ ਇਲੈਕਸ਼ਨ ਹੁੰਦੀ ਹੈ ਜਿੱਤਦਾ, ਠੀਕ ਹੈ ਨਾ ਜੀ, ਇਲੈਕਸ਼ਨ ਜਿੱਤਣ ਤੋਂ ਬਾਅਦ ਇੱਕ PCS ਲੈਵਲ ਦਾ ਅਫਸਰ ਉਹਨਾਂ ਨੂੰ ਸਰਟੀਫਾਈ ਕਰਦਾ ਕਿ ਬਈ ਇਹ ਮੈਂਬਰ ਜਿੱਤ ਗਿਆ ਜੇ। ਸਿੱਖਾਂ ਕੋਲ ਅਥਾਰਟੀ ਨਹੀਂ ਹੈ, ਠੀਕ ਹੈ। ਚੌਥੀ ਬਰੀਕੀ ਹੈ ਇਸ ਦੀ, ਸਭ ਤੋਂ ਵੱਡੀ ਬਰੀਕੀ ਜਿਹੜੀ ਹੈ, ਜਿਹੜੀ ਬੋਰਡ ਦੀ ਕੰਪਲੀਸ਼ਨ ਅੰਡਰ ਐਕਟ ਅਤੇ ਅੰਡਰ ਇੰਡੀਅਨ ਕਾਂਸਟੀਟਿਊਸ਼ਨ, ਠੀਕ ਹੈ ਨਾ ਜੀ, ਉਦੋਂ ਕੰਪਲੀਟ ਹੁੰਦੀ ਹੈ ਜਦੋਂ ਅੰਮ੍ਰਿਤਸਰ ਦਾ DC ਐਕਟ 'ਚ ਲਿਖਿਆ ਹੋਇਆ ਕਿ ਅੰਮ੍ਰਿਤਸਰ ਸ਼ਹਿਰ ਦਾ DC ਪਹਿਲੀ ਸਭਾ ਬੁਲਾਏਗਾ। ਪ੍ਰਧਾਨ ਨੂੰ ਕੋਈ ਅਖਤਿਆਰ ਨਹੀਂ ਜੇ ਹੈਗਾ, SGPC ਮੈਂਬਰਾਂ ਨੂੰ ਕੋਈ ਅਖਤਿਆਰ ਨਹੀਂ। ਅਸੀਂ ਐਵੇਂ ਹੀ ਕਹੀ ਜਾਂਦੇ ਹਾਂ ਕਿ ਫਲਾਣੇ ਦੀ ਜੇਬ ਵਿੱਚੋਂ ਪ੍ਰਧਾਨ ਨਿਕਲ ਆਇਆ, ਫਲਾਣੇ ਦੀ ਜੇਬ ਵਿੱਚੋਂ, ਸਾਰੇ ਹੀ ਲਿਫਾਫਿਆਂ ਦਿੱਲੀ ਦੇ ਲਿਫਾਫਿਆਂ ਵਿੱਚੋਂ ਨਿਕਲਦੇ ਜੇ ਜੀ, ਠੀਕ ਆ ਜੀ। ਅਤੇ ਜਿਹੜੇ ਅੱਜ ਕੱਲ੍ਹ ਕਿਹਾ ਜਾਂਦਾ ਵੀ ਮੈਂ SGPC ਦਾ ਇਲੈਕਸ਼ਨ 'ਚ ਮੈਂ ਆਪਣੇ ਬੰਦੇ ਤਾਰੂੰਗਾ, ਮੈਂ ਬੇਦਾਗ ਬੰਦੇ ਦਊਂਗਾ, ਇਹ ਫਿਰ ਕੀ ਹੈ? ਅਤੇ ਬਾਹਰਲੇ ਲੋਕ ਸਪੋਰਟ ਵੀ ਬੜੀ ਕਰਦੇ ਪਏ ਨੇ। ਸਭ ਫਰੇਬ ਹੈ ਜੀ, ਮੈਂ ਤਾਂ ਹੀ ਕਹਿ ਰਿਹਾ ਅਸੀਂ ਪੜ੍ਹੇ ਹੀ ਕੁਛ ਨਹੀਂ ਜੀ। ਮੈਂ ਤਾਂ ਵਾਰ ਵਾਰ ਇੱਕੋ ਚੀਜ਼ ਤੁਹਾਡੇ ਨਾਲ ਡਿਸਕਸ਼ਨ ਕਰ ਕਰਕੇ ਔਰ ਸਿੱਖ ਕੌਮ ਨਾਲ ਵੀ ਡਿਸਕਸ਼ਨ ਕਰ ਕਰਕੇ ਜਿਵੇਂ ਮੱਚ ਮਾਰ ਜਾਂਦਾ ਨਾ ਬੰਦੇ ਦਾ, ਉਹ ਹਾਲ ਹੋ ਗਿਆ ਕਿ ਸਿੱਖਾਂ ਦਾ ਗੁਰੂ ਤਾਂ ਸ਼ਬਦ ਗੁਰੂ ਹੈ, ਅੱਖਰਾਂ ਹੀ 'ਚ ਲਿਖਿਆ ਹੋਇਆ, ਅਤੇ ਅੱਖਰ ਔਰ ਕਿਤਾਬਾਂ ਪੜ੍ਹਨ ਤੋਂ ਹੀ ਸਿੱਖਾਂ ਦੀ ਰੁਚੀ ਮਾਰ ਦਿੱਤੀ ਗਈ। ਪੜ੍ਹਦੇ ਹੀ ਨਹੀਂ ਅਸੀਂ ਤਾਂ ਆਪਣੇ ਗੁਰਦੁਆਰੇ ਦਾ ਐਕਟ ਨਹੀਂ ਪੜ੍ਹਿਆ, ਬਾਕੀ ਕੀ ਪੜ੍ਹਾਂਗੇ ਜੀ। ਇਹਦੇ ਵਿੱਚ ਕੀ ਲਿਖਿਆ ਹੋਇਆ ਸਾਨੂੰ ਥੋੜ੍ਹੀ ਜਾਣਕਾਰੀ ਦਿਓ। ਪਹਿਲੀ ਬਰੀਕੀ ਹੈ ਜੇ ਕਿ ਜਿਸ ਵੇਲੇ ਇਲੈਕਸ਼ਨ ਹੋ ਜਾਏਗੀ, SDM ਉਹਨਾਂ ਨੂੰ ਸਾਈਨ ਕਰਕੇ ਦਏਗਾ ਵੀ ਤੁਸੀਂ ਮੈਂਬਰ ਬਣ ਗਏ ਹੋ, ਤਾਂ ਉਹ ਮੈਂਬਰ ਬਣਨਗੇ। ਜੇ SDM ਨਾ ਦੇ ਰਿਪੋਰਟ ਤਾਂ ਉਹ ਮੈਂਬਰ ਨਹੀਂ ਬਣਦੇ, ਪਹਿਲੀ। ਅੱਛਾ ਜੀ। ਦੂਸਰੀ ਸਭ ਤੋਂ ਵੱਡੀ ਚੀਜ਼, ਚਾਹੇ ਸਾਰੇ ਮੈਂਬਰ ਚੁਣ ਲਏ ਗਏ ਨੇ, ਪਹਿਲੀ ਸਭਾ ਅੰਮ੍ਰਿਤਸਰ ਦਾ DC ਬੁਲਾਏਗਾ, ਚਾਹੇ ਉਹ DC ਅੰਮ੍ਰਿਤਧਾਰੀ ਹੈ ਚਾਹੇ ਨਹੀਂ ਹੈ, ਐਕਟ 'ਚ ਕੁਛ ਨਹੀਂ ਜੇ ਲਿਖਿਆ। ਔਰ ਹਮੇਸ਼ਾ ਜ਼ਿਆਦਾਤਰ SGPC ਦੇ ਐਕਟ ਵਿੱਚ ਗੈਰ ਅੰਮ੍ਰਿਤਧਾਰੀ DC ਨੇ ਔਰ ਸਿੱਖ ਰਹਿਤ ਮਰਿਆਦਾ ਦੇ ਹਿਸਾਬ ਨਾਲ ਪਤਤ DC ਨੇ ਪਹਿਲਾ ਹਾਊਸ ਕਾਲ ਕੀਤਾ,
ਤੇ ਉਹਦੀ ਪ੍ਰੈਜ਼ੀਡੈਂਟਸ਼ਿਪ ਪਤਾ ਤਾਂ ਡੀਸੀ ਨੇ ਕੀਤੀ ਹੈ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਬੈਠ ਕੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਅਕਾਲੀ ਹੈ ਤੁਹਾਨੂੰ ਦੱਸਦਾ ਹੀ ਨਹੀਂ। ਮੈਂ ਦਾ ਐਗਜ਼ਾਮਪਲ ਤੁਹਾਨੂੰ ਦਿੰਦਾ ਕਿ ਜਿਹੜੀਆਂ ਪਿਛਲੀਆਂ ਇਲੈਕਸ਼ਨਾਂ ਹੋਈਆਂ ਸੀ ਜਿਨ੍ਹਾਂ ਨੂੰ ਚੈਲੰਜ ਕੀਤਾ ਗਿਆ ਸੀ, ਇਲੈਕਸ਼ਨਾਂ ਨੂੰ ਉਹ 47 ਵੋਟਰਾਂ ਵੱਲੋਂ ਚੈਲੰਜ ਕੀਤਾ ਗਿਆ ਸੀ, ਠੀਕ ਆ ਨਾ ਜੀ। ਪਿਛਲੀ ਜਿਹੜੀ SGPC ਦੀ ਕਮੇਟੀ ਸੀ ਜਿਹੜੀ ਹੁਣ ਵੀ ਉਹੀ ਕਾਬਜ ਹੈ ਕਿਉਂਕਿ ਉਹ ਭਾਰਤ ਸਰਕਾਰ ਦੇ ਹਿੱਤਪੂਰ ਦੀ ਹੈ ਨਾ, ਤਾਂ ਕਾਬਜ ਹੈ, ਠੀਕ ਆ ਜੀ। ਹੁਣ ਉਹਦੇ ਵਿੱਚ ਓਪੋਜੀਸ਼ਨ ਵਿੱਚ ਵੀ ਤਾਂ ਧੜੇ ਬੈਠੇ ਨੇ, ਉਹ ਵੀ ਚੁੱਪ ਰਹਿੰਦੇ ਨੇ, ਉਂਝ ਬੜਾ ਬੋਲਦੇ ਨੇ ਪਰ ਸੱਚਾਈ ਨਹੀਂ ਦੱਸਦੇ ਕਿ ਅੰਦਰਲੀ ਸੱਚਾਈ ਕੀ ਹੈ। ਕਿਉਂਕਿ ਗੁਰਦੁਆਰਿਆਂ ਦੀ ਗੋਲਕ ਵੰਡ ਲਈ ਜਾਂਦੀ ਹੈ, ਸਾਧਨ ਵੰਡ ਲਏ ਜਾਂਦੇ ਨੇ, ਇੱਥੇ ਤਾਂ ਸਾਧਨਾਂ ਦੇ ਗੱਫੇ ਵੰਡਣ ਦਾ ਪ੍ਰਬੰਧ ਆ, ਠੀਕ ਆ ਨਾ ਜੀ। ਉਹ ਹਾਊਸ ਕੰਪਲੀਟ ਹੀ ਨਹੀਂ ਹੋਇਆ ਆਪਣੇ ਟਰਮ ਪੀਰੀਅਡ ਵਿੱਚ, ਕਾਂਸਟੀਟਿਊਸ਼ਨਲੀ ਹਾਊਸ ਚੁਣਿਆ ਗਿਆ 4 ਸਾਲਾਂ ਲਈ, ਠੀਕ ਆ ਨਾ ਜੀ। 4 ਸਾਲ ਤੱਕ ਮੁਕੱਦਮਾ ਚੱਲਦਾ ਰਿਹਾ ਸੁਪਰੀਮ ਕੋਰਟ ਵਿੱਚ ਜੀ, ਅਤੇ ਉਹ ਹਾਊਸ ਆਪਣੇ ਆਪ ਵਿੱਚ ਹੀ ਲੈਪਸ ਹੋ ਗਿਆ, ਕਾਂਸਟੀਟਿਊਸ਼ਨਲੀ ਉਹ ਹਾਊਸ ਲੈਪਸ ਹੋ ਗਿਆ। 4 ਸਾਲ ਤੱਕ DC ਨੇ ਉਹਦੀ ਮੀਟਿੰਗ ਨਹੀਂ ਸੱਦੀ ਅਤੇ ਪੁਰਾਣਾ ਪ੍ਰਬੰਧ ਚੱਲਦਾ ਰਿਹਾ। ਪੁਰਾਣਾ ਪ੍ਰਬੰਧ 4 ਸਾਲ ਨਹੀਂ ਚੱਲ ਸਕਦਾ। ਸੇਮ ਗੱਲ ਜੇ ਕਿ ਗਵਰਨਰ ਰੂਲ ਚੱਲਦਾ ਰਿਹਾ ਬਈ ਕਿ ਸਟੇਟ ਵਿੱਚ ਅਸੀਂ CM ਨਹੀਂ ਬਣਨ ਦਿੱਤਾ ਅਤੇ ਸਰ ਗਵਰਨਰ ਦੇ ਅਧੀਨ ਸੈਂਟਰ ਗੌਰਮੈਂਟ ਦਾ ਰੂਲ ਚੱਲਦਾ ਰਿਹਾ। ਠੀਕ ਹੀ ਐਂਜੀ SGPC 'ਚ ਜੇ ਕਿ ਪੁਰਾਣੀ ਕਮੇਟੀ ਭਾਰਤ ਸਰਕਾਰ ਦੇ ਅੰਡਰ ਸੈਕਟਰੀ ਹੋਮ ਦੇ ਅਧੀਨ ਚੱਲਦੀ ਰਹੀ, ਸੈਕਟਰੀ ਹੋਮ ਦੇ ਵੀ ਨਹੀਂ ਅੰਡਰ ਸੈਕਟਰੀ ਹੋਮ ਦੇ ਅਧੀਨ ਚੱਲਦੀ ਰਹੀ ਜੀ, ਠੀਕ ਆ ਜੀ। ਅਸੀਂ ਚੋਲੇ ਹੋ ਕੇ ਕਹਿੰਦੇ ਹਾਂ ਜੀ ਇਹ ਸਾਡਾ ਹੀ ਇਹ ਪਾਰਲੀਮੈਂਟ ਹੈ। 4 ਸਾਲ ਬਾਅਦ ਉਹ ਲੈਪਸ ਹੋ ਚੁੱਕਾ ਸੀ। ਕਿਸੇ ਵੀ ਸਿੱਖ ਲੀਡਰ ਨੇ, ਵਕੀਲ ਨੇ ਇਸ ਇਸ਼ੂ ਨੂੰ ਅੱਜ ਤੱਕ ਨਹੀਂ ਚੁੱਕਿਆ ਕਿ ਜਿਹੜਾ ਹਾਊਸ ਚੁਣਿਆ 4 ਸਾਲ ਲਈ ਗਿਆ ਸੀ ਉਹਦੀ ਅਵਧੀ ਪੂਰੀ ਹੋ ਗਈ ਕਾਂਸਟੀਟਿਊਸ਼ਨਲੀ ਔਰ ਇਸ ਐਕਟ ਦੇ ਅਧੀਨ, ਗੁਰਦੁਆਰਾ ਐਕਟ ਇਸ ਐਕਟ ਦੇ ਅਧੀਨ ਅਵਧੀ ਪੂਰੀ ਹੋ ਗਈ। ਜਦ ਅਵਧੀ ਪੂਰੀ ਹੋ ਗਈ ਤਾਂ ਅਵਧੀ ਪੂਰੀ ਹੋਣ ਤੋਂ ਬਾਅਦ ਅੰਮ੍ਰਿਤਸਰ ਦੇ DC ਨੂੰ ਕੀ ਅਧਿਕਾਰ ਹੈ ਕਿ ਫਿਰ ਉਸ ਹਾਊਸ ਦੀ ਮੀਟਿੰਗ ਸੱਦੇ? ਜਿਹਦੀ ਅਵਧੀ ਪੂਰੀ ਹੋਣ ਦਾ ਮਤਲਬ ਉਹਦੀ ਮੌਤ ਹੋ ਚੁੱਕੀ ਹੈ ਜੀ। ਮੌਤ ਹੋਣ ਦਾ ਮਤਲਬ ਹੈਗਾ ਕਿ ਬਈ ਤੁਸੀਂ ਮੁਰਦਿਆਂ ਦਾ ਇਕੱਠ ਸੱਦਿਆ ਨਾ। 4 ਸਾਲ ਲਈ ਚੁਣੇ ਸੀ ਨਾ, 4 ਸਾਲ ਲਈ ਚੁਣੇ ਸੀ ਨਾ, ਉਹ ਤਾਂ ਮਰ ਚੁੱਕੇ ਨੇ ਕਾਂਸਟੀਟਿਊਸ਼ਨਲੀ, ਮਤਲਬ ਉਹ ਹੁਣ ਮੈਂਬਰ ਨਹੀਂ ਨੇ, ਲੈਪਸ ਹੋ ਗਿਆ, ਅਵਧੀ ਖਤਮ ਹੋ ਗਈ, ਮਤਲਬ ਉਮਰ ਗੁਜ਼ਰ ਗਈ ਮੁਰਦਿਆਂ ਦੀ। ਤਾਂ ਮੁਰਦਿਆਂ ਦੀ ਸਭਾ ਚੁਣ ਕੇ ਮੁਰਦਿਆਂ ਦਾ ਇੱਕ ਪ੍ਰਧਾਨ ਬਣਾ ਦਿੱਤਾ ਗਿਆ ਅਤੇ ਅੱਜ ਵੀ ਉਹ ਮੁਰਦਿਆਂ ਦਾ ਪ੍ਰਧਾਨ ਜੇ ਅਤੇ ਸਾਡੇ ਮੁਰਦੇ ਉਹਦੇ ਵਿੱਚ ਜਥੇਦਾਰ ਜਾ ਕੇ ਬਹਿ ਜਾਂਦੇ ਨੇ ਜਿਹੜੇ ਕਿ ਐਕਟ 'ਚ ਹੈ ਵੀ ਨਹੀਂ, ਅਤੇ ਫਿਰ ਬਤੌਰ ਮੁਰਦਾ ਹੀ ਬੈਠਦੇ ਨੇ। ਇਹ ਜੇ ਸਾਡੀਆਂ ਅਸਲੀਅਤਾਂ ਅਤੇ ਸਭ ਤੋਂ ਵੱਡੀ ਚੁਣੌਤੀ ਹੈ ਕਿ ਪਹਿਲੀ ਚੋਣ ਹੋਣ ਤੋਂ ਬਾਅਦ ਪਹਿਲਾ ਹਾਊਸ ਕੰਪਲੀਟ ਕਰਦਾ ਅੰਮ੍ਰਿਤਸਰ ਦਾ DC ਐਜ ਪਰ ਐਕਟ। ਹੁਣ ਇਹ ਚਾਹੀਦਾ ਕਿ ਜੇ ਅਸੀਂ ਕਹਿੰਦੇ ਹਾਂ ਸਾਡਾ ਅਕਾਲ ਤਖ਼ਤ ਸਾਹਿਬ ਹੈ ਅਤੇ ਫਿਰ ਅਕਾਲ ਤਖ਼ਤ ਦਾ ਜਥੇਦਾਰ ਉਸ ਦੀ ਕਰੇ ਨਾ। ਜੇ ਭਾਰਤ ਦੀ ਪ੍ਰੈਜ਼ੀਡੈਂਟ ਆਫ ਇੰਡੀਆ ਚੁਣਿਆ ਜਾਂਦਾ ਜੀ ਅਤੇ ਉਸਨੂੰ ਓਥ ਕੌਣ ਦਵਾਉਂਦਾ? DC ਤਾਂ ਨਹੀਂ ਨਾ ਦਵਾਉਂਦਾ ਜਾ ਕੇ, ਭਾਰਤ ਦਾ ਚੀਫ ਜਸਟਿਸ ਦਵਾਉਂਦਾ, ਅਦਾਲਤ ਦਵਾਉਂਦੀ ਹੈ ਨਾ, ਸਭ ਤੋਂ ਪ੍ਰਮੁੱਖ ਅਦਾਲਤ ਜਿਸ ਤੋਂ ਉੱਪਰ ਕੁਛ ਨਹੀਂ ਹੈ ਜੀ, ਉਹ ਦਵਾਉਂਦੀ ਹੈ ਨਾ ਓਥ। ਅਤੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਤੇ ਸਾਡੇ ਅਕਾਲ ਤਖ਼ਤ ਦੇ ਔਰ 5 ਤਖ਼ਤਾਂ ਦੇ ਜਥੇਦਾਰ ਇੱਕ DC ਅੱਗੇ ਹੱਥ ਜੋੜ ਕੇ ਬਹਿ ਜਾਂਦੇ ਨੇ ਜੀ, ਹੁਣ ਸਾਨੂੰ ਓਥ ਦਵਾਓ ਜੀ, ਅਤੇ ਗੁਲਾਮੀ ਤਾਂ ਹੈ ਜੀ। ਹੁਣ ਇਸ ਗੁਲਾਮੀ 'ਚੋਂ ਆਜ਼ਾਦੀ ਕਰਨ ਵਾਸਤੇ ਹੀ ਮਤੇ ਆਨੰਦਪੁਰ ਸਾਹਿਬ ਵਿੱਚ ਇਹ ਡਿਮਾਂਡ ਕੀਤੀ ਗਈ ਸੀ ਕਿ ਆਲ ਇੰਡੀਆ ਗੁਰਦੁਆਰਾ ਐਕਟ ਬਣੇਗਾ। ਅੱਛਾ, ਆਲ ਇੰਡੀਆ ਗੁਰਦੁਆਰਾ ਐਕਟ ਬਣੇਗਾ ਜੀ ਜੀ ਜੀ। ਹੁਣ ਉਹ ਕਿਉਂ ਬਣੇਗਾ, ਕਿਵੇਂ ਬਣੇਗਾ, ਹਰ ਚੀਜ਼ ਦਾ ਪ੍ਰੋਵੀਜ਼ਨ ਕੀਤਾ ਗਿਆ ਸੀ। ਗੌਰਮੈਂਟ ਆਫ ਇੰਡੀਆ ਨੇ ਫਿਰ ਅਕਾਲੀ ਦਲ ਤੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਸਾਡੇ ਮੂੰਹ 'ਤੇ ਚੜਿਆ ਮੈਂ ਤਾਂ, ਕਿਉਂਕਿ ਜੇ ਮੈਂ ਬੋਰਡ ਕਹਿਣਾ ਸ਼ੁਰੂ ਕਰਤਾ ਨਾ ਤਾਂ ਜਿਹੜੇ ਆ ਰਵਾਇਤੀ ਅਕਾਲੀ ਨੇ ਕਹਿਣਗੇ ਲਓ ਜੀ ਇਹ ਪਤਾ ਕੀ ਹੈ, ਕਈਓ ਜਿਹਾ ਭਰਮ ਪਾਉਂਦੇ ਜੇ ਲੋਕਾਂ 'ਚ, ਲਓ ਜੀ ਅਤਿੰਦਰਪਾਲ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁੜਵਾ ਕੇ ਗੁਰਦੁਆਰਾ ਬੋਰਡ ਬਣਵਾਉਣਾ ਚਾਹੁੰਦਾ ਤਾਂ ਜਦਕਿ ਹੈ ਬੋਰਡ ਆ। ਇਹੋ ਜਿਹੀਆਂ ਚਾਲਾਂ ਖੇਡਦੇ ਨੇ ਅਸੀਂ, ਦੇਖੋ ਚਾਰਕ ਭੜਕੇ ਹੋ ਸਕਦਾ ਕਿ ਨੁਕਸਾਨ ਕਰ ਜਾਣ। ਹਾਂ, ਤਾਂ ਕਰਕੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਤਲਬ ਇਨਲੀਗਲ ਨਾਂ ਲੈ ਰਿਹਾ, ਠੀਕ ਆ ਜੀ। ਹੁਣ ਇਸ ਦਿੱਲੀ ਭਾਰਤ ਸਰਕਾਰ ਨੇ
ਧਰਮ ਹਿੰਦ ਮੋਰਚੇ ਦੌਰਾਨ ਫਿਰ ਸਿੱਖਾਂ ਤੋਂ ਡਿਮਾਂਡ ਕੀਤੀ ਕਿ ਸਾਨੂੰ ਤੁਸੀਂ ਕਈਓ ਜਿਹਾ ਗੁਰਦੁਆਰਾ ਐਕਟ, ਆਲ ਇੰਡੀਆ ਗੁਰਦੁਆਰਾ ਐਕਟ ਕਈਓ ਜਿਹਾ ਚਾਹੁੰਦੇ ਹੋ, ਇਹਦਾ ਕੋਈ ਖਰੜਾ ਬਣਾ ਕੇ ਦਿਓ। ਅਤੇ ਸਿੱਖ ਕੌਮ ਨੂੰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਧਰਮ ਹਿੰਦ ਮੋਰਚੇ ਦੌਰਾਨ ਫਿਰ ਇੱਕ ਐਕਸਪਰਟਸ ਦੀ ਮੀਟਿੰਗ ਬਣੀ ਬੈਠੀ। ਉਹ ਮੀਟਿੰਗ ਵਿੱਚ ਵੀ ਆਲ ਇੰਡੀਆ ਸਿੱਖੀ ਸਟੂਡੈਂਟ ਫੈਡਰੇਸ਼ਨ ਵੱਲੋਂ ਉਸ ਕਮੇਟੀ ਦਾ ਵੀ 10 ਮੈਂਬਰ ਸੀ। ਇੱਕ ਆਲ ਇੰਡੀਆ ਗੁਰਦੁਆਰਾ ਬੋਰਡ ਦਾ, ਆਲ ਇੰਡੀਆ ਗੁਰਦੁਆਰਾ ਐਕਟ ਦਾ ਬੋਰਡ ਨਹੀਂ, ਆਲ ਇੰਡੀਆ ਗੁਰਦੁਆਰਾ ਐਕਟ ਦਾ ਇੱਕ ਖਰੜਾ ਤਿਆਰ ਕੀਤਾ ਗਿਆ ਜਿਹੜਾ ਭਾਰਤ ਸਰਕਾਰ ਨੂੰ ਦਿੱਤਾ ਗਿਆ ਕਿ ਸਿੱਖ ਕੌਮ ਅਜਿਹਾ ਆਲ ਇੰਡੀਆ ਗੁਰਦੁਆਰਾ ਐਕਟ ਚਾਹੁੰਦੀ ਹੈ ਜਿਹੜਾ ਜਿਹੜਾ ਕਿ ਅਸੀਂ ਭਾਰਤ ਸਰਕਾਰ ਕੋਲੋਂ ਮੰਗ ਕਿਉਂ ਕਰਦੇ ਹਾਂ? ਅਸੀਂ ਉਸ ਤੋਂ ਆਜ਼ਾਦ ਹੋ ਕੇ ਆਪਣਾ ਜ਼ਿੰਮੇਵਾਰੀ ਗੁਰਦੁਆਰੇ ਦੀ ਆਪ ਕਿਉਂ ਨਹੀਂ ਲੈ ਲੈਂਦੇ? ਮਖੂ ਸਾਹਿਬ, ਤੁਸੀਂ ਬਹੁਤ ਹੀ ਵਧੀਆ ਸਵਾਲ ਕੀਤਾ ਜੀ, ਪਰ ਅਸਲ ਵਿੱਚ ਕੌਮੀ ਨਿਰਮਾਣਕਾਰੀ ਸਵਾਲ ਹੈ ਤੁਹਾਡਾ ਕੀਤਾ ਗਿਆ ਸਵਾਲ। ਚਾਹੀਦਾ ਤਾਂ ਹੈ ਕਿ ਸਿੱਖ ਕੌਮ ਆਪਣੇ ਗੁਰਦੁਆਰਿਆਂ ਨੂੰ ਸੰਸਾਰ ਭਰ ਵਿੱਚੋਂ ਜੀ ਆਪਣੀ ਸੋਵਰੈਨਿਟੀ ਦੇ ਹਿਸਾਬ ਨਾਲ ਪ੍ਰਬੰਧਕੀ ਅਤੇ ਸੇਵਾ ਦੇ ਨਿਦਾਨ ਵਿੱਚ, ਵਿਧਾਨ ਵਿੱਚ ਲੈ ਕੇ ਆਵੇ। ਉਹ ਸੇਵਾ ਦਾ ਵਿਧਾਨ ਸਾਡੇ ਅਕਾਲ ਤਖ਼ਤ ਸਾਹਿਬ 'ਤੇ ਰਜਿਸਟਰਡ ਹੋਏ ਚਾਹੀਦਾ ਹੈ, ਉਹ ਕਿਸੇ ਵੀ ਸਰਕਾਰ ਦੇ ਅਧੀਨ ਰਜਿਸਟਰ ਨਾ ਹੋਵੇ। ਬਿਲਕੁਲ ਠੀਕ ਹੈ ਨਾ ਜੀ, ਪਰ ਸਿੱਖ ਕੌਮ ਅਜਿਹੀ ਸੋਵਰੈਨਿਟੀ ਆਪਣੇ ਆਪ ਦੀ ਗੁਆ ਚੁੱਕੀ ਹੈ ਅਤੇ ਸਿੱਖ ਕੌਮ ਦੀ ਮਾਨਸਿਕਤਾ ਵਿੱਚੋਂ ਹੀ ਇਹੀ ਚੀਜ਼ ਨਿਕਲਦੀ ਹੈ ਕਿ ਜਿਹੜੇ ਸਰਕਾਰਾਂ ਦੇ ਅਧੀਨ ਅਸੀਂ ਰਹਿ ਰਹੇ ਹਾਂ ਉਸੋ ਦੇ ਰੂਲ ਅਤੇ ਐਕਟ ਦੇ ਹਿਸਾਬ ਨਾਲ ਆਪਾਂ ਅਸੀਂ ਆਪਣੇ ਆਪ ਨੂੰ ਰਜਿਸਟਰਡ ਕਰਾਈਏ। ਇਹ ਗੁਲਾਮੀਅਤ ਹੈ ਜੀ, ਜਦਕਿ ਸਾਡੇ ਅਕਾਲ ਤਖ਼ਤ ਦਾ ਸਿਧਾਂਤ ਬਿਲਕੁਲ ਵੱਖਰਾ ਹੈ, ਸੋਵਰਨ ਹੈ। ਅਤੇ ਉੱਥੇ ਹੋ ਸਕਦਾ, ਜੇ ਇਹ ਨਹੀਂ ਹੈ ਕਿ ਨਹੀਂ ਹੋ ਸਕਦਾ, ਦੁਨੀਆ ਦੇ ਸਾਰੇ ਗੁਰਦੁਆਰੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਰਜਿਸਟਰਡ ਹੋ ਸਕਦੇ ਨੇ। ਐਸੇ 'ਚ ਸੰਸਾਰ ਦੇ ਕਿਸੇ ਵੀ ਦੇਸ਼ ਦਾ ਕੋਈ ਵੀ ਕਾਨੂੰਨ ਅੜਿੰਗਾ ਨਹੀਂ ਜੇ ਬਣਦਾ ਜੀ। ਜੇ ਇਸ ਵਿਸ਼ੇ 'ਤੇ ਸਿੱਖ ਕੌਮ ਨੇ ਜਾਣਕਾਰੀ ਲੈਣੀ ਹੈ, ਮੈਂ ਪੂਰਾ ਬਲਿਊ ਪ੍ਰਿੰਟ ਤਿਆਰ ਕਰਕੇ ਦੇ ਸਕਦਾ ਕਿ ਹੋ ਸਕਦਾ ਜੇ ਕੰਮ, ਪਰ ਸਾਰੇ ਅੱਧਾ ਵੀ ਇੱਕ ਹੋ ਜਾਏਗੀ, ਸਾਰਾ ਕੁਛ ਇੱਕ ਹੋ ਜਾਏਗਾ ਜੀ। ਪਰ ਅਸਲ ਕਰਨ ਵਾਲਾ ਕੰਮ ਉਹੀ ਹੈ ਜਿਹੜਾ ਕਰਨਾ ਚਾਹੀਦਾ ਸਿੱਖ ਕੌਮ ਨੂੰ। ਜੇ ਆਜ਼ਾਦੀ ਵਾਲੇ ਪਾਸੇ ਤੁਸੀਂ ਗੁਰਦੁਆਰਾ ਐਕਟ ਐਕਟ ਜਿਹੜਾ ਡਿਮਾਂਡ ਕੀਤੀ ਗਈ ਜੀ, ਠੀਕ ਹੈ ਜੀ। ਹੁਣ ਉਹਦੇ ਵਿੱਚ ਅਸੀਂ ਇਹ ਜਿੰਨੀਆਂ ਗੁਰਦੁਆਰਾ ਬੋਰਡ ਦੇ ਇਸ ਐਕਟ 'ਚ ਗਲਤੀਆਂ ਸੀ, ਜਿੰਨਾ ਕੁਛ ਸੀ ਉਹ ਅਸੀਂ ਸਾਰਾ ਕੁਛ ਉਹ ਅਸੀਂ ਸੁਧਾਰਿਆ ਖਰੜੇ 'ਚ, ਠੀਕ ਹੈ ਜੀ। ਅਤੇ ਉਹ ਖਰੜੇ ਨੂੰ ਤਿਆਰ ਕਰਦਿਆਂ ਕਿੰਨਾ ਸਮਾਂ ਲੱਗਾ? ਉਹ ਖਰੜਾ 2.5 ਸਾਲ 'ਚ ਤਿਆਰ ਹੋਇਆ ਜੀ, ਪਰ ਬਹੁਤ ਮੰਨੇ ਪਰਮੰਨੇ ਵਕੀਲ, ਮੰਨੇ ਪਰਮੰਨੇ ਬੁੱਧੀਜੀਵੀ, ਮੰਨੇ ਪਰਮੰਨੇ ਧਾਰਮਿਕ ਵਿਅਕਤੀ ਔਰ ਮੰਨੇ ਪਰਮੰਨੇ ਜਿਹੜੇ ਕਿ ਅਖਬਾਰਾਂ 'ਚ ਨਹੀਂ ਆਉਂਦੇ ਜੀ, ਉਹ ਬੰਦੇ ਉਹ ਸਾਡੇ ਨਾਲ ਬੈਠੇ ਸਿਰ ਜੋੜ ਕੇ ਉੱਥੇ ਕਿ ਇੰਝ ਹੋਣਾ ਚਾਹੀਦਾ, ਇੰਝ ਹੋਣਾ ਚਾਹੀਦਾ, ਇਹਦਾ ਇਹ ਨੁਕਸਾਨ ਹੋਏਗਾ। ਐਕਸਪਰਟ ਬੈਠੇ, ਵਿਧਾਨਕ ਐਕਸਪਰਟ ਬੈਠੇ ਕਿ ਇਹਦਾ ਇਹ ਨੁਕਸਾਨ ਹੋਏਗਾ। ਕਈ ਅਸੀਂ ਵਿਧਾਨਕ ਐਕਸਪਰਟ ਗੈਰ ਸਿੱਖਾਂ ਨਾਲ ਵੀ ਗੱਲਬਾਤ ਕੀਤੀ ਕਿ ਵੀ ਇਹਦਾ ਸਾਨੂੰ ਕੀ ਨੁਕਸਾਨ ਹੋਏਗਾ। ਅਸੀਂ ਵਕਫ ਬੋਰਡ ਦੇ ਐਕਸਪਰਟਸ ਨਾਲ ਵੀ ਗੱਲ ਕੀਤੀ ਕਿਉਂਕਿ ਉਹਨਾਂ ਦਾ ਪੁਰਾਣਾ ਚੱਲ ਰਿਹਾ ਸਾਰਾ ਸਿਸਟਮ ਜੀ, ਬੜੇ ਹੀ ਸੰਜੀਦਗੀ ਨਾਲ ਤਿਆਰ ਕੀਤਾ ਗਿਆ ਸੀ। ਉਸ ਵਿੱਚ ਅਸੀਂ ਇਹ ਰੱਖਿਆ ਕਿ ਸਾਰੇ ਹੀ ਭਾਰਤ ਦੇ ਜਿੰਨੇ ਵੀ ਗੁਰਦੁਆਰੇ ਨੇ ਉਹ ਸਾਰੇ ਇੱਕ ਐਕਟ ਦੇ ਅਧੀਨ ਆ ਜਾਣ ਅਤੇ ਇੱਕ ਰਹਿਤ ਮਰਿਆਦਾ ਦੇ ਅਧੀਨ ਆ ਜਾਣ। ਕਿਆ ਬਾਤ ਹੈ! ਅਤੇ ਉਹ ਝਗੜੇ ਮੁੱਕ ਜਾਣ, ਝਗੜੇ ਉਹ ਸੀ ਸੁਪਰਮੇਸੀ ਅਸੀਂ ਰੱਖੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ, ਠੀਕ ਹੈ ਜੀ। ਅਤੇ ਉਹਦੇ ਵਿੱਚ ਅਸੀਂ ਇਹ ਵੀ ਰੱਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਿਨਾਂ ਪੁੱਛੇ ਬਿਨਾਂ ਇਜਾਜ਼ਤ ਲਏ ਕਿਸੇ ਕਲੋਨੀ ਕਿਸੇ ਪਿੰਡ 'ਚ ਕੋਈ ਗੁਰਦੁਆਰਾ ਵੀ ਨਹੀਂ ਬਣ ਸਕੇਗਾ। ਅੱਛਾ ਜੀ, ਹਾਂਜੀ, ਇੱਕ ਪਿੰਡ ਅਤੇ ਇੱਕ ਗੁਰਦੁਆਰੇ ਦਾ ਸਿਧਾਂਤ ਵੀ ਮਤਾ ਅਨੰਦਪੁਰ ਸਾਹਿਬ ਚੋਂ ਨਿਕਲੇਗਾ, ਵਿੱਚੋਂ ਨਿਕਲੇਗਾ। ਇਹਦਾ ਮਤਲਬ ਵਾਇਆ ਉਹੀ ਜਾਣਾ ਪਏਗਾ, ਜਾਣਾ ਉਹੀ ਜਾਣਾ ਪਏਗਾ ਜੀ, ਠੀਕ ਹੈ। ਸਾਨੂੰ ਵਾਇਆ ਹੀ ਨਹੀਂ ਕਿਸੇ ਨੇ ਦੱਸਿਆ। ਹਾਂ, ਸਾਡੀ ਬਦਕਿਸਮਤੀ ਇਹ ਹੋਈ ਜੀ ਕਿ ਅਨੰਦਪੁਰ ਸਾਹਿਬ ਮਤੇ 'ਚ ਅਸੀਂ ਡਿਮਾਂਡ ਤਾਂ ਕਰ ਲਈ ਆਲ ਇੰਡੀਆ ਗੁਰਦੁਆਰਾ ਐਕਟ ਦੀ, ਖਰੜਾ ਬਣਾ ਕੇ ਭੇਜ ਵੀ ਦਿੱਤਾ ਭਾਰਤ ਸਰਕਾਰ ਨੂੰ। ਉਸ ਖਰੜਾ ਦੇ ਅਸਲ ਕਾਪੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ ਵੀ ਪਈ ਜੇ, ਠੀਕ ਹੈ ਜੀ। ਪਰ ਜਿਸ ਵੇਲੇ ਦੇਖੋ ਸਿੱਖ ਕੌਮ ਨਾਲ ਕਿੰਨੀ ਵੱਡੀਆਂ ਗੱਦਾਰੀਆਂ ਕੀਤੀਆਂ ਗਈਆਂ, ਜਿਸ ਵੇਲੇ ਲੌਂਗੋਵਾਲ ਪੈਕਟ ਕੀਤਾ ਗਿਆ ਉਦੋਂ ਨਾਲ ਗੁਰਦੁਆਰਾ ਐਕਟ ਅਤੇ ਅਨੰਦਪੁਰ ਸਾਹਿਬ ਦਾ ਮਤਾ ਵੀ ਤਾਂ ਰੱਖਿਆ ਜਾ ਸਕਦਾ ਸੀ ਨਾ ਜੀ, ਨਹੀਂ ਰੱਖਿਆ ਅਕਾਲੀ ਲੀਡਰਸ਼ਿਪ ਨੇ। ਹਾਂ, ਇਹ ਪ੍ਰਧਾਨ ਦੀ ਮੰਗ ਹੈ, ਕਿਹਾ ਗਿਆ ਹਾਂ ਵੀ ਇੱਕ ਪਿੰਡ ਅਤੇ ਇੱਕ ਗੁਰਦੁਆਰਾ, ਠੀਕ ਹੈ ਜੀ, ਠੀਕ ਹੈ।
ਕ੍ਰੈਡਿਟ ਆਪ ਲੈਣਾ ਮਤਾ ਆਨੰਦਪੁਰ ਸਾਹਿਬ ਵਾਲੇ ਪਾਸੇ ਨਾ ਧਿਆਨ ਚਲਾ ਜਾਵੇ, ਨਾ ਚਲਾ ਜਾਵੇ, ਵੀ ਜਿਹੜੀ ਗੱਲ ਫਿੱਟ ਆਉਂਦੀ ਹੈ ਉਹ ਇਸ ਤਰ੍ਹਾਂ ਫਿੱਟ ਕਰ ਲਓ। ਆਲ ਇੰਡੀਆ ਗੁਰਦੁਆਰਾ ਐਕਟ ਅਕਾਲੀ ਦਲ ਨੇ ਕਿਉਂ ਡਿਮਾਂਡ ਛੱਡ ਦਿੱਤੀ? ਉਹ ਇਸ ਗੱਲ ਕਰਕੇ ਛੱਡ ਦਿੱਤੀ ਕਿਉਂਕਿ ਅਸੀਂ ਡਰ ਗਏ, ਅਕਾਲੀ ਡਰ ਗਏ ਕਿ ਬਈ ਪੰਜਾਬ ਵਿੱਚ ਤਾਂ ਸਿੱਖ ਵੋਟਰ ਰਹਿ ਗਿਆ 1 ਕਰੋੜ ਤੇ 1.25 ਕਰੋੜ ਸਿੱਖ ਵੋਟਰ ਦੁਨੀਆ ਭਰ ਵਿੱਚ ਹੈਗਾ ਤੇ ਅਸੀਂ ਪੂਰੀ ਦੁਨੀਆ ਦੇ ਸਿੱਖਾਂ ਨੂੰ ਆਪਣੀ ਜੇਬ ਵਿੱਚ ਪਾਈ ਫਿਰਦੇ ਹਾਂ ਅਤੇ ਭਾਰਤ ਸਰਕਾਰ ਤੋਂ ਫਾਇਦੇ ਲਈ ਜਾਂਦੇ ਹਾਂ ਅਤੇ ਜੇ ਆਲ ਇੰਡੀਆ ਗੁਰਦੁਆਰਾ ਐਕਟ ਬਣਿਆ ਤਾਂ ਸਿਰਫ ਪੰਜਾਬ ਵਿੱਚੋਂ ਨਹੀਂ ਨਾ SGPC ਦੇ ਮੈਂਬਰ ਚੁਣੇ ਜਾਣੇ, ਇਹ ਮੈਂਬਰ ਸਾਰੇ ਭਾਰਤ ਵਿੱਚੋਂ ਚੁਣੇ ਜਾਣੇ ਨੇ। ਅੱਛਾ ਅੱਛਾ ਅੱਛਾ, ਪ੍ਰੋਬਲਮ ਆ ਹੈ, ਮੈਂ ਜਿਹੜੀ ਹੁਣ ਜਿਹੜੇ ਪਾਸੇ ਠੀਕ ਆ, ਇਕੱਲੇ ਪੰਜਾਬ ਚੋਂ ਪੂਰੇ ਭਾਰਤ ਪੂਰੇ ਹੁਣ 170 ਮੈਂਬਰ ਚੁਣੇ ਜਾਂਦੇ ਨੇ ਪੰਜਾਬ ਵਿੱਚੋਂ ਜਾਂ ਹਰਿਆਣੇ ਵਿੱਚੋਂ ਜਾਂ ਹਿਮਾਚਲ ਜਿਹੜੇ ਪੁਰਾਣੇ ਪੰਜਾਬ ਦੇ ਐਕਟ ਸੀ ਜੀ, ਉਹ ਅਸੀਂ ਖਤਮ ਕਰ ਦਿੱਤਾ ਪ੍ਰੋਵੀਜ਼ਨ ਆਲ ਇੰਡੀਆ ਗੁਰਦੁਆਰਾ ਐਕਟ 'ਚ ਕਿ ਨਾ ਕੋਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਏਗੀ, ਨਾ ਕੋਈ ਜੰਮੂ ਕਸ਼ਮੀਰ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਏਗੀ, ਨਾ ਸੱਚਖੰਡ ਬੋਰਡ ਹੋਏਗਾ, ਨਾ ਪਟਨਾ ਸਾਹਿਬ ਬੋਰਡ ਹੋਏਗਾ, ਸਭ ਖਤਮ, ਇੱਕ ਪ੍ਰਬੰਧ ਸ੍ਰੀ ਅਕਾਲ ਤਖਤ ਸਾਹਿਬ ਦੇ ਅਧੀਨ ਹੋਏਗਾ, ਆਲ ਇੰਡੀਆ ਗੁਰਦੁਆਰਾ ਪ੍ਰਬੰਧਕ ਕੁੰਡਾ ਇੱਕੋ ਥਾਈਂ ਇੱਕੋ ਥਾਈਂ ਹੋਏਗਾ ਅਤੇ ਆਲ ਇੰਡੀਆ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਬਰਾਬਰਤਾ ਦੇ ਹਿਸਾਬ ਨਾਲ ਵੋਟ ਦੇ ਆਧਾਰ 'ਤੇ ਗੁਣਤੰਤਰੀ ਪ੍ਰਣਾਲੀ ਰਾਹੀਂ ਚੁਣੀ ਜਾਏਗੀ। ਉਹਦੇ 'ਚ ਗੁਣਤੰਤਰੀ ਪ੍ਰਣਾਲੀ ਵੀ ਨਿਯਤ ਕੀਤੀ ਗਈ ਜੀ, ਹਾਂ, ਕਿਉਂਕਿ ਭਾਰਤ ਸਰਕਾਰ ਸਿਰਫ ਵੋਟ ਪ੍ਰਣਾਲੀ ਦੀ ਆਗਿਆ ਦਿੰਦੀ ਹੈ ਅਤੇ ਉਹਦੇ 'ਚ ਇਹ ਹੋਇਆ ਕਿ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧੀਨ ਹਰ ਸ਼ਹਿਰ ਤੋਂ ਜਿਹੜੇ ਨੁਮਾਇੰਦੇ ਚੁਣੇ ਜਾਣੇ ਨੇ, ਕਿਉਂਕਿ 170 ਨੁਮਾਇੰਦੇ, ਉਹਨਾਂ ਦੀ ਗਿਣਤੀ ਵੀ ਅਸੀਂ ਵਧਾਈ ਜੀ, ਠੀਕ ਆ ਨਾ ਜੀ, ਗਿਣਤੀ ਇਸ ਹਿਸਾਬ ਨਾਲ ਵਧਾਈ ਕਿ ਮੈਜੋਰਟੀ ਪੰਜਾਬ ਦੇ ਹਿੱਸੇ ਨਾ ਆ ਜਾਏ ਅਤੇ ਕਿਸੇ ਇੱਕ ਗਰੁੱਪ ਦੀ ਵੀ ਮੈਜੋਰਟੀ ਨਾ ਬਣ ਸਕੇ, ਧਰਮ ਦੀ ਮੈਜੋਰਟੀ ਰਹੇ, ਨਾਨਕ ਨਾਮ ਲੇਵਾ ਸਿੱਖਾਂ ਦੀ ਮੈਜੋਰਟੀ ਜੀ। ਅਸੀਂ ਉਹਦੇ 'ਚ ਇਹ ਵੀ ਨੀਯਤ ਕੀਤਾ ਕਿ ਪੂਰੇ ਸੰਸਾਰ ਦੇ ਦੇਸ਼ਾਂ ਵਿੱਚੋਂ ਵੀ ਜਿਸ ਅਨੁਪਾਤ ਵਿੱਚ ਭਾਰਤ ਤੋਂ ਮੈਂਬਰ ਚੁਣੇ ਜਾਣਗੇ ਉਸੇ ਜਨਸੰਖਿਆ ਦੇ ਅਨੁਪਾਤ ਵਿੱਚ ਬਾਹਰਲੇ ਦੇਸ਼ਾਂ ਦੀ ਸਿੱਖ ਜਨਸੰਖਿਆ ਵਿੱਚੋਂ ਵੀ ਮੈਂਬਰ ਉਹ ਚੁਣ ਕੇ ਭੇਜਣਗੇ ਉਸ ਵਿੱਚ, ਕਿਉਂਕਿ ਅਕਾਲ ਤਖ਼ਤ ਸਾਹਿਬ ਫਿਰ ਆਲ ਇੰਡੀਆ ਫਿਰ ਆਲ ਵਰਲਡ ਹੋਣਾ ਚਾਹੀਦਾ ਹੈ, ਪਰ ਕਿਉਂਕਿ ਐਕਟ ਭਾਰਤ 'ਚ ਬਣ ਰਿਹਾ ਨਾ, ਐਕਟ ਭਾਰਤ ਵਿੱਚ, ਇਸ ਲਈ ਠੀਕ ਹੈ ਠੀਕ ਹੈ, ਉਹਨੂੰ ਤਾਂ ਹੀ ਅਕਾਲ ਤਖ਼ਤ ਸਾਹਿਬ ਦੇ ਅਧੀਨ ਅਸੀਂ ਲੈ ਕੇ ਆਏ। ਹੁਣ ਅਕਾਲੀ ਦਲ ਨੇ ਇਸ ਨੂੰ ਇਸ ਲਈ ਵਿਸਾਰਿਆ ਕਿ ਅਕਾਲੀ ਦਲ ਤੋਂ ਫਿਰ SGPC ਖੁੱਸ ਜਾਣੀ ਸੀ, ਗੁਰੂ ਕੀ ਗੋਲਕ ਖੁੱਸ ਜਾਣੀ ਸੀ ਅਤੇ ਗੋਲਕ ਤੋਂ ਇਹਨਾਂ ਦਾ ਕੰਮ ਚੱਲਦਾ, ਗੋਲਕ ਤੋਂ ਇਹਨਾਂ ਦਾ ਸਾਰਾ ਕੰਮ ਚੱਲਦਾ ਜੀ, ਕਰਪਸ਼ਨ ਸਾਰੀ ਇੱਥੇ ਹੈਗੀ ਹੈ, ਇਸ ਲਈ ਇਹਨਾਂ ਨੇ ਵਿਸਾਰ ਦਿੱਤਾ। ਜਿਹੜੀ ਬਰਨਾਲਾ ਸਰਕਾਰ ਬਣੀ ਉਸ ਵੇਲੇ ਵੀ ਜੇ ਬਰਨਾਲਾ ਨੇ ਜਿਸ ਵੇਲੇ ਰਾਜੀਵ ਗਾਂਧੀ ਐਕਟ ਕੀਤਾ ਜਾ ਕੇ ਬਲਵੰਤ ਸਿੰਘ ਅਤੇ ਬਰਨਾਲਾ ਰਾਮੂ ਵਾਲੀਆ ਸਾਹਿਬ ਲੈ ਗਏ ਲੌਂਗੋਵਾਲ ਸਾਹਿਬ ਨੂੰ, ਲੌਂਗੋਵਾਲ ਸਮਝੌਤਾ ਜਿਹੜਾ ਸਮਝੌਤਾ ਜਿਹੜਾ ਰਾਜੀਵ ਲੌਂਗੋਵਾਲ, ਉਹਦੇ 'ਚ ਵੀ ਚਾਹੁੰਦੇ ਤੇ ਐਕਟ ਪੂਰਾ ਹੋ ਸਕਦਾ ਸੀ, ਇਸੇ ਲਈ ਵਿਸਾਰਿਆ ਕਿ ਬਈ ਫਿਰ ਤਾਂ ਭਾਰਤ ਸਰਕਾਰ ਵੀ ਇਸ ਚੀਜ਼ ਤੋਂ ਡਰੀ ਕਿ ਇਹਦੇ ਨਾਲ ਤਾਂ ਵਿਦੇਸ਼ੀ ਸਿੱਖਾਂ ਦੀ ਵੀ ਸੁਪਰਮੈਸੀ ਹੋ ਜਾਣੀ ਹੈ ਅਤੇ ਇਹ ਐਕਟ ਨਹੀਂ ਬਣਨ ਦੇਣਾ। ਅਤੇ ਮੈਂ ਵਾਰ ਵਾਰ ਤੁਹਾਨੂੰ ਇਹ ਚੀਜ਼ ਕਹਿੰਦਾ ਹੁੰਦਾ, ਪਿਛਲੇ ਐਪੀਸੋਡ ਵਿੱਚ ਵੀ ਕਿਹਾ ਕਿ ਅਸੀਂ ਤਾਂ ਹਮੇਸ਼ਾ ਹੀ ਦੁਸ਼ਮਣ ਦੇ ਏਜੰਡੇ ਨੂੰ ਕੌਮ ਦਾ ਏਜੰਡਾ ਬਣਾਇਆ, ਕੌਮ ਨੇ ਬਣਾਇਆ ਆਲ ਇੰਡੀਆ ਗੁਰਦੁਆਰਾ ਐਕਟ ਸਾਰੇ ਵਿਸ਼ਵ ਦੇ ਸਿੱਖਾਂ ਨੂੰ ਲੈ ਕੇ ਕਿ ਉਹਨਾਂ ਦੀ ਨੁਮਾਇੰਦਗੀ ਆ ਜਾਏ, ਕਿਉਂਕਿ ਜਿਹੜੇ ਮੈਂਬਰ ਕੁਆਪਟ ਕੀਤੇ ਜਾਂਦੇ ਨੇ, ਕੁਆਪਟ ਮੈਂਬਰ ਕੀਤੇ ਜਾਂਦੇ ਨੇ ਜਿਹੜੇ ਚੁਣੇ ਹੋਏ ਮੈਂਬਰ, ਉਹਨਾਂ ਦਾ ਅਧਿਕਾਰ ਅਤੇ ਅਸੀਂ ਉਹ ਕੁਆਪਸ਼ਨ ਦਾ ਅਧਿਕਾਰ ਜਿਹੜਾ ਦੇ ਦਿੱਤਾ ਉਹ ਦੇ ਦਿੱਤਾ ਵਿਦੇਸ਼ੀ ਸਿੱਖਾਂ ਵਿੱਚੋਂ ਕਿ ਭਾਰਤ ਦਾ ਉੱਤੇ ਚੁਣਿਆ ਗਿਆ ਮੈਂਬਰ ਅਤੇ ਵਿਦੇਸ਼ੀ ਸਿੱਖ ਨੁਮਾਇੰਦਗੀ ਤੋਂ ਬਗੈਰ ਰਹਿ ਜਾਂਦੇ ਨੇ, ਇਸ ਲਈ ਉਹਨਾਂ ਦੀ ਕੁਆਪਸ਼ਨ ਹੋਏਗੀ ਜੀ, ਠੀਕ ਆ ਨਾ ਜੀ। ਅਸੀਂ ਤਰੀਕੇ, ਮੈਂ ਤਾਂ ਹੀ ਕਹਿੰਦਾ ਕਿ ਸੰਵਿਧਾਨ ਅਧੀਨ ਕੰਮ ਕਰਨੇ ਅਸੀਂ ਸਿੱਖੀਏ ਅਤੇ ਅਕਾਲੀਆਂ ਭਾਰਤ ਸਰਕਾਰ ਨੇ ਦੇਖਿਆ ਵੀ ਆ ਤਾਂ ਜੇ ਮੇਰੇ ਕੰਟਰੋਲ ਵਿੱਚੋਂ SGPC ਨਿਕਲ ਗਈ, ਮੈਂ ਤਾਂ ਸਿੱਖਾਂ ਦਾ ਕੰਟਰੋਲ ਹੀ ਗੁਆਤਾ, ਮੈਂ ਤਾਂ ਅਕਾਲ ਤਖ਼ਤ ਤੋਂ ਵੀ ਕੰਟਰੋਲ ਗੁਆਤਾ, ਮੈਂ ਤਾਂ 5 ਤਖ਼ਤਾਂ ਤੋਂ। ਭਾਰਤ ਸਰਕਾਰ ਦੇ ਅੰਡਰ ਸੈਕਟਰੀ ਨੇ ਅਕਾਲੀਆਂ ਨੂੰ ਸਮਝਾਤਾ ਵੀ ਐਕਟ ਦੀ ਗੱਲ ਨਹੀਂ ਕਰਨੀ, ਠੀਕ ਹੈ। ਅਕਾਲੀਆਂ ਨੇ ਕਿਹਾ ਹਾਂਜੀ ਇਹ ਤਾਂ ਸਾਡੇ ਪਾਸੇ ਵੈਸੇ ਹੀ ਅੰਗੇਸਟ ਜਾਂਦਾ ਅਤੇ ਐਕਟ ਨੂੰ ਰਾਜੀਵ ਗਾਂਧੀ ਲੌਂਗੋਵਾਲ ਅਕਾਰਡ ਵਿੱਚ ਵੀ ਭੁੱਲ ਗਏ ਜੀ, ਐਕਟ ਨੂੰ ਜਿਸ ਵੇਲੇ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਸੱਤਾ ਪੰਜਾਬ ਵਿੱਚ ਲਈ ਉਦੋਂ ਵੀ ਭੁੱਲ ਗਈ ਅਤੇ ਇੰਨੀਆਂ SGPC ਦੀਆਂ ਚੋਣਾਂ ਹੋਈਆਂ, ਨਾ ਓਪੋਜੀਸ਼ਨ ਧਿਰ ਜਿਹੜੇ ਸੋ ਕਾਲਡ ਅਕਾਲੀਆਂ ਦੀ ਓਪੋਜੀਸ਼ਨ ਧਿਰ ਹੈ, ਨਾ ਕਦੇ ਉਹਨੇ ਆਲ ਇੰਡੀਆ ਗੁਰਦੁਆਰਾ ਐਕਟ ਦੀ ਗੱਲ ਕੀਤੀ, ਨਾ ਕਿਤੇ ਅਕਾਲੀਆਂ ਨੇ ਕੀਤੀ, ਅਤੇ ਏਜੰਡਾ ਭਾਰਤ ਸਰਕਾਰ ਵਾਲਾ ਹੋ ਗਿਆ ਨਾ ਜੀ, ਏਜੰਡਾ ਤਾਂ ਨਾਗਪੁਰ ਵਾਲਾ ਹੀ ਚੁੱਕ ਲਿਆ ਨਾ ਸਾਰਿਆਂ ਨੇ
ਕਿ ਸਿੱਖਾਂ ਵਿੱਚ ਏਕਤਾ ਧਾਰਮਿਕ ਏਕਤਾ। ਪਰ ਕਿੰਨੀ ਗਜ਼ਬ ਦੀ ਗੱਲ ਹੈ ਕਿ ਜਿਹੜਾ ਤੁਸੀਂ ਮਤਾ ਆਨੰਦਪੁਰ ਸਿੱਖਾਂ ਨੇ ਨਹੀਂ ਪੜਿਆ ਜੀ, ਭਾਰਤ ਸਰਕਾਰ ਨੇ ਪੜ ਲਿਆ, ਉਹਨੇ ਉਹਦੀ ਰੀਡ ਕੀਤਾ, ਰੀਡ ਹੀ ਨਹੀਂ ਕੀਤਾ ਜੀ, ਪੂਰੀ ਬਾਲ ਦੀ ਖਾਲ ਕੱਢ ਕੇ ਦੇਖ ਲਿਆ ਕਿ ਕਿੱਥੇ ਸਿੱਖਾਂ ਨੂੰ ਫਾਇਦਾ ਹੋ ਰਿਹਾ, ਉਹਨੂੰ ਹਟਾ ਦਈਏ ਤੇ ਸਿੱਖਾਂ ਰਾਹੀਂ ਹਟਵਾ ਦਿੱਤਾ। ਫਿਰ ਮੇਰੇ ਮਤਾ ਸ੍ਰੀ ਆਨੰਦਪੁਰ ਸਾਹਿਬ ਦਾ ਵਿਰੋਧ ਕਿਸ ਨੇ ਕੀਤਾ ਸੀ ਉਦੋਂ? ਦੇਖੋ ਜੀ, ਕਿਸੇ ਨੇ ਵਿਰੋਧ ਨਹੀਂ ਸੀ ਕੀਤਾ ਜਿਸ ਵੇਲੇ ਆਨੰਦਪੁਰ ਸਾਹਿਬ ਦਾ ਮਤਾ ਅਡਾਪਟ ਕੀਤਾ ਗਿਆ ਅਤੇ ਜਿਸ ਵੇਲੇ ਧਰਮਯੁੱਧ ਮੋਰਚਾ ਲਾਇਆ ਗਿਆ 4 ਅਗਸਤ 1982 ਨੂੰ, ਪੰਥ ਦੀਆਂ ਸਾਰੀਆਂ ਹੀ ਨੁਮਾਇੰਦਾ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਸੁਖਮਨੀ ਸਾਹਿਬ ਸੁਸਾਇਟੀਆਂ, ਹੋਰ ਜਿੰਨੀਆਂ ਸੁਸਾਇਟੀਆਂ, ਸੇਵਾ ਸੁਸਾਇਟੀਆਂ ਬਣੀਆਂ ਵਿਸ਼ਵ ਪੱਧਰ 'ਤੇ, ਜਿੰਨੇ ਬੁੱਧੀਜੀਵੀ ਬਣੇ ਸਾਰੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਨ ਆਏ ਕਿ ਬਈ ਇਹ ਇੱਕ ਮਤ ਡਿਮਾਂਡ ਹੈ ਸਾਡੀ ਜੀ। ਉਸ 'ਤੇ ਕੋਈ ਵਿਰੋਧ ਨਹੀਂ ਸੀ। ਇਸ ਦਾ ਵਿਰੋਧ ਅਤੇ ਇਸ ਦਾ ਨਿਗਾਰ ਅਤੇ ਇਸ ਦਾ ਕਤਲ ਰਵਾਇਤੀ ਅਕਾਲੀ ਦਲ ਨੇ ਕੀਤਾ। ਦੇਖੋ, ਮੈਂ ਦੋ ਚੀਜ਼ਾਂ ਸਿੱਖ ਕੌਮ ਨੂੰ ਤੁਹਾਡੇ ਚੈਨਲ ਰਾਹੀਂ ਫਿਰ ਕਹਿਣਾ ਚਾਹੁੰਦਾ ਜੀ। ਰਾਜੀਵ ਲੌਂਗੋਵਾਲ ਅਕਾਰਡ ਹੋਇਆ, ਉਹਦੇ ਵਿੱਚ ਵੀ ਧਰਮਯੁੱਧ ਮੋਰਚਾ ਵਾਪਸ ਲੈਣ ਦਾ ਐਲਾਨ ਨਹੀਂ ਹੋਇਆ। ਸਿੱਖਾਂ ਨੂੰ ਅੱਜ ਤੱਕ ਇਹ ਚੀਜ਼ ਸਮਝ ਨਹੀਂ ਆਈ, ਨਹੀਂ ਹੋਇਆ ਨਾ ਜੀ ਐਲਾਨ, ਨਹੀਂ ਅਕਾਰਡ ਹੋਇਆ ਕਿ ਬਈ ਇਹ ਚੀਜ਼ ਦੇ ਦਿਓ, ਸਰਕਾਰ ਬਣ ਗਈ ਬਰਨਾਲਾ, ਪਰ ਉਸ ਵਿੱਚ ਇਹ ਨਹੀਂ ਆਇਆ ਕਿ ਬਈ ਅਕਾਲੀ ਦਲ ਹੁਣ ਸ਼ੁਰੂ ਜਿਹੜਾ ਧਰਮਯੁੱਧ ਮੋਰਚਾ ਲਾਇਆ ਸੀ ਉਹਨੂੰ ਵਾਪਸ ਲੈਂਦਾ। ਠੀਕ ਆ ਨਾ ਜੀ। ਅਤੇ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਧਰਮਯੁੱਧ ਮੋਰਚਾ ਅਕਾਲੀ ਦਲ ਵੱਲੋਂ ਵਾਪਸ ਨਹੀਂ ਜਲਿਆ ਗਿਆ। ਅੱਛਾ, ਠੀਕ ਆ ਨਾ ਜੀ। ਦੈਟ ਮੀਨਸ ਕਿ ਬਈ ਉਹ ਅਰਦਾਸ ਸਾਡੀ ਹਾਲੇ ਵੀ ਖੜ੍ਹੀ ਹੈ, ਸਤਿਗੁਰ ਸਨਮੁੱਖ ਖੜ੍ਹੀ ਹੈ ਅਰਦਾਸ। ਜੇ ਧਰਮਯੁੱਧ ਮੋਰਚਾ ਵਾਪਸ ਨਹੀਂ ਲਿਆ ਗਿਆ ਤਾਂ ਅਕਾਲੀ ਦਲ ਕੋਲ ਫਿਰ ਕੀ ਰਾਈਟ ਸੀ ਕਿ ਉਹ 4 ਵਾਰੀ 5 ਵਾਰੀ ਸੱਤਾ ਵਿੱਚ ਆ ਜਾਂਦਾ ਅਤੇ ਆਨੰਦਪੁਰ ਸਾਹਿਬ ਮਤੇ ਦੀ ਇੱਕ ਵੀ ਡਿਮਾਂਡ ਪੂਰੀ ਨਾ ਕਰਦਾ, ਕਿਉਂਕਿ ਸਿੱਖਾਂ ਨੂੰ ਗਾਫਲ ਬਣਾ ਦਿੱਤਾ, ਸੁਆ ਦਿੱਤਾ ਜੀ। ਇਸ ਗੱਲ ਕਰਕੇ ਸਾਨੂੰ ਸਾਡੇ ਰਾਈਟ ਹੀ ਭੁਲਾ ਦਿੱਤੇ। ਫਿਰ ਦੇਖੋ, ਸਰਦਾਰ ਬਾਦਲ ਨੇ ਅਤੇ ਇਸ ਦੀਆਂ ਬਾਕੀ ਧਿਰਾਂ ਨੇ ਅਤੇ ਇਸ ਨਾਲ ਚੱਲ ਰਹੇ ਸਾਰੇ ਚਮਚਾਗਿਰੀ ਵਾਲੇ ਗਰੁੱਪਾਂ ਨੇ, ਠੀਕ ਆ ਨਾ ਜੀ, ਹੁਣ ਤਾਂ ਸਾਰੇ ਸੋ ਕਾਲਡ ਖਾੜਕੂ ਵੀ ਇਹਦੇ ਨਾਲ ਜੁੜ ਗਏ, ਇਹਨਾਂ ਸਾਰਿਆਂ ਨੇ ਹੀ ਅਕਾਲੀ ਦਲ ਦੀ ਸਰਪ੍ਰਸਤੀ ਲੈ ਲਈ, ਆਨੰਦਪੁਰ ਸਾਹਿਬ ਮਤਾ ਛੱਡ ਦਿੱਤਾ। ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਅੱਜ ਤੁਹਾਡੇ ਚੈਨਲ ਰਾਹੀਂ, ਪਰ ਮੇਰੀ ਗੱਲ ਨੂੰ ਬੜੇ ਬਰੀਕੀ ਨਾਲ ਮੈਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਾਂਗਾ ਸੁਣਿਆ ਜੇ। ਮੈਂ ਕਹਿੰਦਾ ਕਿ ਰਾਜੀਵ ਗਾਂਧੀ ਔਰ ਲੌਂਗੋਵਾਲ ਐਕਟ ਦਾ ਅਕਾਲੀ ਦਲ ਅਤੇ ਸਾਰੀਆਂ ਧਿਰਾਂ ਨੇ ਵਿਰੋਧ ਕੀਤਾ ਸੀ ਬਈ ਇਹ ਕੌਮ ਨਾਲ ਧੋਖਾ ਕੀਤਾ ਗਿਆ, ਪਰ ਫਿਰ ਵੀ ਉਹ ਧੋਖਾ ਕਰਨ ਦੇ ਬਾਵਜੂਦ ਵੀ ਇੱਕ ਰਾਈਟਿੰਗ ਵਿੱਚ ਕੁਛ ਮੰਗਿਆ ਤਾਂ ਗਿਆ ਸੀ ਜੀ। ਧੋਖੇ ਦੇ ਬਾਵਜੂਦ ਵੀ ਸਿੱਖ ਕੌਮ ਲਈ ਇਨ ਰਾਈਟਿੰਗ ਵਿੱਚ ਪ੍ਰਧਾਨ ਮੰਤਰੀ ਨੇ ਅਤੇ ਅਕਾਲੀ ਦਲ ਦੇ ਪ੍ਰਧਾਨ ਨੇ ਕੁਛ ਅਹਿਦ ਤਾਂ ਲਿਆ ਸੀ ਜੀ ਕਿ ਬਈ ਅਸੀਂ ਇਹ ਕਰਾਂਗੇ ਪੰਜਾਬ ਲਈ ਅਤੇ ਸਿੱਖਾਂ ਲਈ, ਪਰ ਜਦੋਂ ਬਾਦਲ ਨੇ ਸੱਤਾ ਲਈ ਤਾਂ ਇਹਨੇ ਤਾਂ ਕੋਈ ਅਹਿਦ ਹੀ ਨਹੀਂ ਕੀਤਾ ਅਤੇ ਜਿਹੜੇ ਅਹਿਦ ਆਨੰਦਪੁਰ ਸਾਹਿਬ ਮਤੇ ਵਿੱਚ ਕੀਤੇ ਗਏ ਸੀ ਇਹਨੇ ਤਾਂ ਉਹ ਵੀ ਸਾਰੇ ਵਿਸਾਰ ਦਿੱਤੇ ਅਤੇ ਕੌਮ ਵਿੱਚੋਂ ਧੋ ਦਿੱਤੇ। ਅਤੇ ਤੁਸੀਂ ਦੇਖੋ, ਇਹੀ ਬਾਦਲ ਹੋਰੀ ਲੌਂਗੋਵਾਲ ਅਕਾਰਡ ਦਾ ਵਿਰੋਧ ਕਰਨ ਵਾਲੇ ਸੀ ਜਦਕਿ ਉਹਦੇ 'ਚ ਕੁਛ ਮਿਲ ਵੀ ਗਿਆ ਸੀ ਜੀ। ਠੀਕ ਆ ਨਾ ਜੀ। ਹਾਲਾਂਕਿ ਅਸੀਂ ਨਹੀਂ ਸਵੀਕਾਰਦੇ ਕਿਉਂਕਿ ਧੋਖਾ ਗੱਦਾਰੀ ਕੀਤੀ ਗਈ ਜੀ, ਪਰ ਉਸ ਤੋਂ ਕਿਤੇ ਵੱਡੀ ਗੱਦਾਰੀ ਸੀ ਕਿ ਇਹਨਾਂ ਨੇ ਤਾਂ ਬਿਨਾਂ ਕਿਸੇ ਰਾਈਟਿੰਗ ਤੋਂ ਹੀ ਚੰਡੀਗੜ੍ਹ ਦੀ ਸੱਤਾ ਲੈ ਲਈ ਅਤੇ ਕੋਈ ਸਮਝੌਤਾ ਹੀ ਨਹੀਂ ਕੀਤਾ ਜੋ ਮਤਾ ਆਨੰਦਪੁਰ ਦੇ ਵਿੱਚ ਦਰਜ ਸੀ। ਅਤੇ ਇਹਨਾਂ ਨੇ ਤਾਂ ਉਂਝ ਵੀ ਕੁਛ ਸਿੱਖਾਂ ਲਈ ਨਹੀਂ ਲਿਆ, ਗੁਆ ਦਿੱਤਾ ਆਪਣੇ ਪੱਲੇ ਦਾ ਸਾਰਾ ਕੁਛ। ਅਤੇ ਜਿਹੜੀ ਇਹ ਗੱਲ ਲਿਖੀ ਗਈ ਸੀ ਉਦੋਂ ਵੀ ਆਲ ਇੰਡੀਆ ਗੁਰਦੁਆਰਾ ਐਕਟ ਚਾਹੀਦਾ ਸਾਨੂੰ, ਹਾਂਜੀ, ਵੀ ਪੂਰੇ ਭਾਰਤ ਦੇ ਜਿਹੜੇ ਗੁਰਦੁਆਰੇ ਨੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅੰਡਰ ਹੋਣ ਹੋਣ, ਅਤੇ ਫਿਰ ਇਹ ਕੰਮ ਦੇ ਵਿੱਚ ਤੁਸੀਂ ਕਾਮਯਾਬ ਕਿਉਂ ਨਹੀਂ ਹੋ ਪਾਏ? ਕਿਉਂਕਿ ਅਕਾਲੀ ਦਲ ਨੇ ਡਿਮਾਂਡ ਛੱਡ ਦਿੱਤੀ ਜੀ। ਹਾਂ, ਸਾਡੀ ਨੁਮਾਇੰਦਾ ਜਥੇਬੰਦੀ ਅਕਾਲੀ ਦਲ, ਅਕਾਲੀ ਦਲ ਤੋਂ ਬਾਅਦ ਜਿਹੜੀ ਸਾਡੀ ਨੁਮਾਇੰਦਾ ਜਥੇਬੰਦੀ ਅਸੀਂ ਚੁਣੀ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਬਾਬਾ ਤੜਾ, ਠੀਕ ਆ ਨਾ ਜੀ, ਉਹਨਾਂ ਨੇ ਵੀ ਇਹ ਡਿਮਾਂਡ ਛੱਡ ਦਿੱਤੀ। ਉਹਨਾਂ ਨੇ ਅੰਮ੍ਰਿਤਸਰ ਐਲਾਨਨਾਮਾ ਆਨੰਦਪੁਰ ਸਾਹਿਬ ਮਤੇ ਦੇ ਨਾਲ ਹੈ ਵੀ ਸਿੱਖ ਕੌਮ ਦੀ ਔਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ। ਤਾਂ ਮੈਂ ਕਹਾਂਗਾ, ਤੁਹਾਨੂੰ ਲੱਗਿਆ ਕਿ ਮੈਂ ਬੜੀ ਗਲਤ ਗੱਲ ਕਰ ਰਿਹਾ, ਪਰ ਮੈਂ ਗੁਰੂ ਨੂੰ ਜਵਾਬ ਦੇਆਂ, ਮੈਂ ਵਿਅਕਤੀਆਂ ਨੂੰ ਜਵਾਬ ਦੇਣਾ ਹੀ ਹਾਂ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਖਾਲਸਾ ਪੰਥ ਅਤੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਬਹੁਤ ਵੱਡਾ ਅਨਿਆਂਕਾਰੀ ਕਦਮ ਚੁੱਕਿਆ ਗਿਆ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਅਕਾਲੀ ਲੀਡਰਸ਼ਿਪ ਨੂੰ ਬਿਠਾ ਕੇ ਆਨੰਦਪੁਰ ਸਾਹਿਬ ਮਤੇ ਦੀ ਥਾਂ 'ਤੇ ਅੰਮ੍ਰਿਤਸਰ ਐਲਾਨਨਾਮਾ ਪੰਥ ਦਾ ਏਜੰਡਾ ਡਿਕਲੀਅਰ ਕਰ ਦਿੱਤਾ ਗਿਆ। ਔਰ ਮੈਂ ਇਸ ਨੂੰ ਵੀ ਗੱਦਾਰੀ ਵਾਲਾ ਕਦਮ ਮੰਨਦਾ ਜੀ।
ਜੀ ਠੀਕ ਹੈ ਨਾ, ਸਾਡਾ ਤਾਂ ਨਿਗਾਰ ਕੀਤਾ ਗਿਆ। ਫਿਰ ਉਸ ਤੋਂ ਬਾਅਦ ਹੋਰ ਹੋਇਆ ਉਸ ਅੰਮ੍ਰਿਤਸਰ ਐਲਾਨ, ਕਿਉਂਕਿ ਅੰਮ੍ਰਿਤਸਰ ਐਲਾਨਨਾਮਾ ਆਨੰਦਪੁਰ ਸਾਹਿਬ ਮਤੇ ਦਾ ਰਕੀਬ ਬਣਾ ਦਿੱਤਾ ਗਿਆ ਜੀ, ਸ਼ਰੀਕ ਬਣਾ ਦਿੱਤਾ ਗਿਆ, ਠੀਕ ਹੈ ਨਾ ਜੀ। ਅਤੇ ਲੋਕ ਆਨੰਦਪੁਰ ਸਾਹਿਬ ਮਤੇ ਤੋਂ ਹਟਾ ਕੇ ਅੰਮ੍ਰਿਤਸਰ ਐਲਾਨਨਾਮੇ ਨਾਲ ਜੋੜੇ ਗਏ, ਅਤੇ ਅੰਮ੍ਰਿਤਸਰ ਐਲਾਨਨਾਮੇ ਨਾਲ ਜਿਹੜੀ ਅੱਜ ਵੀ ਧਿਰ ਖੜੀ ਹੈ ਜੀ, ਉਸਨੇ ਇੱਕ ਵੀ ਐਸ ਜੀ ਪੀ ਸੀ ਦੀ ਇਲੈਕਸ਼ਨ ਅਤੇ ਇੱਕ ਵੀ ਪੰਜਾਬ ਵਿਧਾਨ ਸਭਾ ਦੀ ਅਤੇ ਭਾਰਤ ਦੀ ਲੋਕ ਸਭਾ ਸੰਸਦ ਲਈ ਇਲੈਕਸ਼ਨ ਅੰਮ੍ਰਿਤਸਰ ਐਲਾਨਨਾਮੇ ਲਈ ਨੂੰ ਪੂਰਾ ਕਰਾਉਣ ਦੇ ਆਦ ਨਾਲ ਨਹੀਂ ਲੜੀ, ਇੱਕ ਵੀ ਨਹੀਂ ਲੜੀ। ਜਿਵੇਂ ਰਵਾਇਤੀ ਅਕਾਲੀ ਦਲ ਨੇ ਅੰਮ੍ਰਿਤਸਰ ਆਨੰਦਪੁਰ ਸਾਹਿਬ ਮਤੇ ਲਈ ਨਹੀਂ ਲੜੀ, ਉਹਨਾਂ ਨੇ ਉਹਦੇ ਲਈ ਨਹੀਂ ਲੜੀ ਜੀ। ਅਤੇ ਫਿਰ ਅਸੀਂ ਏਜੰਡਾ ਕਿਹਦਾ ਚੁੱਕਿਆ, ਨਾਗਪੁਰ ਦਾ ਅਤੇ ਭਾਰਤ ਸਰਕਾਰ ਦਾ ਹੀ ਚੁੱਕਿਆ। ਬਿਲਕੁਲ ਜੀ, ਤੁਸੀਂ ਬਹੁਤ ਸੁੰਦਰ ਢੰਗ ਦੇ ਵਿੱਚ ਵੀਰ ਜੀ ਸਾਨੂੰ ਦੱਸ ਰਹੇ ਹੋ ਕਿ ਅਸੀਂ ਬਿਲਕੁਲ, ਤੁਸੀਂ ਆਪਣੀ ਗੱਲ ਟਾਈਮ ਆਪਣੀ ਗੱਲ ਕਰੋ ਤੁਸੀਂ। ਹਾਂਜੀ, ਹੁਣ ਇਹਦੇ 'ਚ ਆ ਗਈ ਜੇ ਤੀਸਰੀ ਗੱਲ, ਕਿਉਂਕਿ ਮੈਂ ਧਾਰਮਿਕ ਗੱਲਾਂ ਦੀ ਅੱਜ ਤੁਹਾਡੇ ਨਾਲ ਵਿਆਖਿਆ ਕਰ ਰਿਹਾ, ਤਾਂ ਇਹ ਗੱਲਾਂ ਮੈਂ ਤੁਹਾਡੇ ਨਾਲ ਲੈ ਰਿਹਾ ਕਿ ਸਾਡੇ ਪੁਲਾਂ ਹੇਠੋਂ ਕਿਹੜੇ ਕਿਹੜੇ ਪਾਣੀ ਨਿਕਲ ਗਏ। ਜੇ ਪਾਣੀ ਨਹੀਂ ਨਿਕਲੇ, ਖਾਲਸਾ ਪੰਥ ਦਾ ਪਹਿਲਾਂ ਲਹੂ ਨਿਕਲਿਆ ਅਤੇ ਹੁਣ ਮਿੱਝ ਨਿਕਲਦੀ ਪਈ ਜੇ, ਲਹੂ ਤਾਂ ਸਾਡਾ ਸਾਰਾ ਸੁਕਾਤਾ ਇਹਨਾਂ ਨੇ। ਹੁਣ ਤਾਂ ਅਸੀਂ ਪੀੜੇ ਜਾ ਰਹੇ ਹਾਂ ਵੇਲਣੇ 'ਚ, ਅਤੇ ਸਾਡੀ ਹੱਡਾਂ ਦੀ ਅਤੇ ਹੱਡ ਮਾਸ ਦੀ ਮਿੱਝ ਕੱਢਦੇ ਪਏ ਨੇ ਯਾਰ ਲੀਡਰ ਸਾਡੀ। ਜਦੋਂ ਰਵਾਇਤੀ ਅਕਾਲੀ ਦਲ, ਫਿਰ ਦੇਖੋ ਭਾਰਤ ਸਰਕਾਰ ਨੇ ਲਗਾਮ ਖਿੱਚ ਦਿੱਤੀ ਬਾਦਲ ਦੀ ਕਿ ਵੀ ਤੂੰ ਲੀਡਰ ਬਣਨਾ, ਮੈਨੂੰ ਉਹਨੂੰ ਤਾਂ ਸੱਤਾ ਚਾਹੀਦੀ ਹੈ ਚਾਹੇ ਕੌਮ ਫਰੀ। ਮੈਂ ਤਾਂ ਇੱਕ ਕਵਿਤਾ ਲਿਖੀ ਸੀ ਉਦੋਂ ਕਿ ਦਿੱਲੀ ਕਹਿੰਦੀ ਸਿੱਖ ਦਾ ਮੁੱਲ ਪਾਓ, ਸਿੱਖ ਕਹਿੰਦਾ ਅਸੀਂ ਤਾਂ ਬਿਨਾਂ ਵੀ ਕਈ ਤੇਰੇ ਹਾਂ। ਮੈਂ ਪੂਰੀ ਇੱਕ ਕਵਿਤਾ ਲਿਖੀ ਸੀ ਉਸ ਵੇਲੇ, ਠੀਕ ਹੈ ਜੀ। ਬਾਦਲ ਸਾਹਿਬ ਕਹਿੰਦੇ ਲਓ ਇਹਨਾਂ ਨੂੰ ਅੰਮ੍ਰਿਤਸਰ ਐਲਾਨਨਾਮੇ ਵਾਲਿਆਂ ਨੂੰ ਪਿੱਛੇ ਕਰੋ, ਮੈਂ ਤਾਂ ਆਪਣੀ ਪਾਰਟੀ ਹੀ ਸਿੱਖਾਂ ਤੋਂ ਹਟਾ ਦਿੰਦਾ, ਅਤੇ ਮੋਗਾ ਕਨਵੈਨਸ਼ਨ ਛੱਡ ਕੇ 1995 ਨੂੰ ਅੰਮ੍ਰਿਤਸਰ ਐਲਾਨਨਾਮਾ ਤਿਆਰ ਹੁੰਦਾ। 1996 'ਚ ਬਾਦਲ ਸਾਹਿਬ ਕਹਿੰਦੇ ਨੇ ਲਓ ਜੀ ਮੈਂ ਤਾਂ ਮੋਗਾ ਕਨਵੈਨਸ਼ਨ ਛੱਡ ਕੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਤਾ, ਵਿੱਚੋਂ ਸਿੱਖ ਏਜੰਡਾ ਹੀ ਖਤਮ ਕਰਤਾ। ਬਿਲਕੁਲ ਜੀ, ਬਹੁਤ ਸੁੰਦਰ ਢੰਗ ਨਾਲ ਤੁਸੀਂ ਦੱਸ ਦਿਓ, ਪਰ ਕਿਤੇ ਨਾ ਕਿਤੇ ਤੁਹਾਨੂੰ ਰੋਕਣ ਨੂੰ ਦਿਲ ਨਹੀਂ ਕਰਦਾ, ਪਰ ਸਮੇਂ ਦੀਆਂ ਘੜੀਆਂ ਸਾਨੂੰ ਰੋਕਦੀਆਂ। ਆਪਾਂ ਅਗਲੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ, ਕਿਉਂਕਿ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਦੱਸਿਆ ਵੀ ਆਲ ਇੰਡੀਆ ਗੁਰਦੁਆਰਾ ਐਕਟ ਦੀ ਗੱਲ ਕੀਤੀ ਗਈ ਸੀ ਜੀ, ਮਤਾ ਸ੍ਰੀ ਆਨੰਦਪੁਰ ਸਾਹਿਬ ਦੇ ਅੰਦਰ, ਅਤੇ ਦਰਸ਼ਕੋ ਇਹਨਾਂ ਨੇ ਦੱਸਿਆ ਕਿ ਉਹਦੇ ਵਿੱਚ ਫਾਇਦਾ ਕੀ ਹੋਣਾ ਸੀ। ਫਾਇਦਾ ਹੋਣਾ ਸੀ ਕਿ ਪੂਰੇ ਭਾਰਤ ਦੇ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਡਰ ਆ ਜਾਣੇ ਸਨ। ਜੇ ਕਿਸੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਬਣਨਾ ਸੀ ਤਾਂ ਬਕਾਇਦਾ ਪਿੰਡ ਦੇ ਜ਼ਿੰਮੇਵਾਰ ਬੰਦੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਾਜ਼ਰ ਹੋਣੇ ਸਨ ਵੀ ਭਾਈ ਸਾਡੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਤਿਆਰ ਕਰਨਾ, ਕਿਰਪਾ ਕਰਕੇ ਸਾਨੂੰ ਲੈਟਰ ਦਿੱਤਾ ਜਾਵੇ। ਫਿਰ ਅਕਾਲ ਤਖਤ ਸਾਹਿਬ 'ਤੇ ਬੈਠੇ ਹੋਏ ਨੁਮਾਇੰਦੇ ਪੁੱਛ ਸਕਦੇ ਸੀ ਕਿ ਤੁਹਾਡੇ ਪਿੰਡ ਦੇ ਵਿੱਚ ਅੱਗੇ ਕਿੰਨੇ ਗੁਰਦੁਆਰੇ ਨੇ, ਨਵਾਂ ਬਣਾਉਣ ਦੀ ਲੋੜ ਕੀ ਹੈ, ਜਾਂ ਕਿਉਂ ਤੁਹਾਨੂੰ ਐਸਾ ਮਹਿਸੂਸ ਹੋ ਰਿਹਾ, ਉੱਥੇ ਪ੍ਰੋਬਲਮ ਕੀ, ਉਸ ਪ੍ਰੋਬਲਮ ਦਾ ਹੱਲ ਕੱਢਿਆ ਜਾਂਦਾ। ਇੰਝ ਕਹਿ ਲਈਏ ਵੀ ਅਸੀਂ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਪ੍ਰਣਾਏ ਜਾਂਦੇ, ਪਰ ਬਦਕਿਸਮਤ ਹੀ ਹੈ ਹਰਿਆਣਾ ਕਮੇਟੀ ਵੱਖਰੀ, ਪੰਜਾਬ ਕਮੇਟੀ ਵੱਖਰੀ, ਹਿਮਾਚਲ ਕਮੇਟੀ ਵੱਖਰੀ, ਹਜ਼ੂਰ ਸਾਹਿਬ ਦਾ ਬੋਰਡ ਵੱਖਰਾ, ਪਟਨਾ ਸਾਹਿਬ ਦਾ ਵੱਖਰਾ। ਅਤੇ ਜੋ ਸਰਕਾਰਾਂ ਕਰਾਉਣੀਆਂ ਚਾਹੁੰਦੀਆਂ ਸੀ ਅਸੀਂ ਉਸੇ ਏਜੰਡੇ ਦੇ ਉੱਪਰ ਕੰਮ ਲੱਗ ਪਏ ਕਰਨ। ਗੱਲਾਂ ਬੜੀਆਂ ਬਰੀਕੀ ਦੇ ਵਿੱਚ ਸੁਣਨ ਵਾਲੀਆਂ ਸੀ, ਦਿਲ ਦੀ ਸੀ ਕਰਦਿਆਂ ਨੂੰ ਰੋਕੀਏ, ਪਰ ਸਮੇਂ ਦੀਆਂ ਘੜੀਆਂ ਸਾਨੂੰ ਰੋਕਦੀਆਂ ਸਨ। ਅਗਲੇ ਹਫ਼ਤੇ ਇਹੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ। ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ, ਦੇਖਦੇ ਰਹੋ ਪ੍ਰੋਗਰਾਮ ਮਤਾ ਸ੍ਰੀ ਆਨੰਦਪੁਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।